ਸਾਡੇ ਤਾਂ ਪਿਓ ਨੇ ਤਿੰਨਾਂ ਭੈਣਾਂ ਨੂੰ ਚਰਖੇ ਦਿੱਤੇ ਸੀ ਦਾਜ ਚ, ਹੁਣ ਤਾਂ ਦਿੰਦੇ ਨਾ ਮੋਟਰਸਾਈਕਲ, ਸਾਨੂੰ ਚਰਖੇ ਦਿੱਤੇ ਸੀ। ਤੁਸੀਂ ਮੁੱਲ ਦੇ ਬਿਸਤਰਾ ਵਿਛਾ ਲੋ, ਉਹਨੇ ਇਕੱਠਾ ਹੋ ਜਾਣਾ, ਉਹ ਚ ਠੰਡ ਜਮਾ ਨੀ ਰੁਕਦੀ। ਭੈਣ ਨੇ ਗਜ਼ੀਲੇ ਲੈ ਲਏ ਮੁੱਲ ਦੇ, ਕਹਿੰਦੀ ਐਡੇ ਸੋਹਣੇ ਜਦੋਂ ਧੋ ਪਾਏ ਤੋ ਸਾਰੇ ਉੱਭਰ ਗਏ। ਕੰਮ ਬਥੇਰੇ ਆਪਾਂ ਨੂੰ ਕਰਨ ਵਾਲਿਆਂ ਨੂੰ, ਮੇਰੇ ਕੋਲ ਆਓ ਕੰਮ ਲਓ, ਵਿਹਲੀਆਂ ਨਾ ਰਹੋ। ਚੁਗਣ ਵੀ ਮੈਂ ਜੀ 60-60 ਕਿਲੋ ਨਰਮਾ ਚੁਗਦੀ ਰਹੀ, ਮੈਨੂੰ ਬਹੁਤ ਸ਼ੌਂਕ ਸੀ। ਮੈਨੂੰ ਜਦੋਂ ਮੈਂ ਮੁੰਡਿਆਂ ਦੇ ਵਿਆਹ ਕਰ ਲਏ, ਮੈਨੂੰ ਐਂ ਲੱਗੇ ਵੀ ਮੈਂ ਮੁੰਡੇ ਸ਼ਹਿਰ 'ਚ ਵਿਆਹ ਲਏ ਤੇ ਮੇਰਾ ਕੰਮ ਨਾ ਬੰਦ। ਜਿਵੇਂ ਅੱਗੇ ਕਹਿੰਦੇ ਲੜਦੀਆਂ ਰਹਿੰਦੀਆਂ ਨੇ, ਅਸੀਂ ਤਾਂ ਕਦੇ ਲੜੀ। ਹਾਂਜੀ ਮੈਨੂੰ ਤਾਂ ਸਦੀ ਨਾ ਮੇਰੀ ਧੀ ਦਾ ਘੱਟ ਆਉਂਦਾ, ਠੀਕ ਆ, ਜਿੰਨਾ ਚਿਰ ਮੈਂ ਆਪਦੇ ਨੋਹਾਂ ਨੂੰ ਢਿੱਡ ਦੇ ਨਾਲ ਨਾ ਲਾਵਾਂ ਨਾ, ਉਹਨਾਂ ਚਿਰ ਮੈਨੂੰ ਠੀਕ ਨਹੀਂ। ਹੁਣ ਜਦੋਂ ਲੜਾਈ ਹੁੰਦੀ ਤੇ ਫੋਨ ਉਹ ਵੀ ਜਾ ਵੜਦਾ ਤੇ ਅਗਲੇ ਲੜ ਦਿੰਦੇ ਆ, ਖੜਦੇ ਝੱਟ ਗੱਲ ਦੂਜੇ ਪਾਸੇ ਆ ਜਾਂਦੀ ਆ ਤਾਂ ਲੜਾਈ ਵੱਜ ਜਾਂਦੀ। ਉਹਦੇ ਆਦੇ ਚਲੋ ਤਲਾਕ ਦੇ ਦਗੇ, ਹਾਂਜੀ ਤਲਾਕ ਤੇ ਵੀ ਕੰਮ ਛੇਤੀ ਉੱਪੜ ਜਾਂਦਾ ਹੈ। ਕੈਨੇਡਾ ਚ ਵੀ ਮੇਰਾ ਕੱਪੜਾ ਬੁਣਿਆ ਵਗਿਆ ਹੈ, ਅੱਛਾ, ਤੇ ਆ ਪੂਣੇ ਇਹ ਜੇ ਕੁਛ ਤਾਂ ਦੂਰ ਦੂਰ ਤਾਂ ਹੀ ਗਏ ਵੀ ਹੈ ਤੇ ਐਡੀ ਬੁੱਟੀ ਬਣ ਜਾਂਦੀ ਹੈ। ਬਿਲਕੁਲ ਬਿਲਕੁਲ, ਮਤਲਬ ਜੇ ਕਰਿਆ ਹੀ ਆ, ਹਾਂ ਕੰਮ ਕਰਿਆ ਹੀ ਸਾਰਾ ਕੁਝ ਹੋਣਾ, ਸਾਰਾ ਕੁਝ ਆ। ਬਿਲਕੁਲ ਬਿਲਕੁਲ, ਹਾਂ ਪੈਸੇ ਪੂਸੇ ਦੀ ਕਾਈ ਨਹੀਂ ਨਾ ਕੋਈ ਨਹੀਂ, ਜਿਹੜੀ ਤਰੱਕੀ ਹੈ ਨਾ, ਹਾਂਜੀ ਹਾਂਜੀ, ਇਹ ਬਹੁਤ ਔਖੀ ਆ। ਬਿਲਕੁਲ, ਜਿਹੜੀ ਦੂਰ ਦੂਰ ਤਾਈਂ ਆਪਣੀ ਗੱਲ ਜਾਣੀ ਨਾ, ਹਾਂਜੀ ਹਾਂਜੀ, ਇਹ ਬਹੁਤ, ਇਹ ਆਖੇ ਨੇਕੀ ਨੂੰ ਰੋਣਗੇ, ਧੰਦਿਆਂ ਨੂੰ ਰੋਣਗੇ, ਮਾਪੇ ਤੇ ਨੇਕੀ ਨੂੰ ਜਾਗ ਰਹੂਗਾ। ਉਹ ਆਏ ਹੈ ਜੀ, ਜੇ ਕਿਸੇ ਦੇ ਮਗਰ ਲੱਗਣ ਲੱਗ ਜੇ ਬੰਦਾ ਬਸ ਕਰ ਗਿਆ, ਠੀਕ ਹੈ। ਹਾਂਜੀ ਕਰਦੀਆਂ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝ ਦਿਲ ਤੋਂ ਦਿਲਾਂ ਦੀ, ਮੈਂ ਹਾਂ ਬਿਕਰਮ ਰੰਧਾਵਾ, ਸਫ਼ਰਾਂ 'ਤੇ ਹਾਂ ਜੀ, ਅਤੇ ਅੱਜ ਪਹੁੰਚੇ ਹਾਂ ਪਿੰਡ ਡੋਡ, ਇਹ ਪਿੰਡ ਆਪਣੇ ਬਾਜੇਖਾਨੇ ਦੇ ਕੋਲ ਆ ਜੀ, ਅਤੇ ਅੱਜ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੀ ਦੌੜ ਭੱਜ ਆ, ਦੌੜ ਭੱਜ ਦੇ ਵਿੱਚ ਆਪਾਂ ਕੀ ਆ ਪੁਰਾਣੀਆਂ ਚੀਜ਼ਾਂ ਭੁੱਲ ਗਏ ਹਾਂ, ਆਪਣਾ ਵਿਰਸਾ ਭੁੱਲ ਗਏ ਹਾਂ, ਹੈ ਨਾ, ਸਾਰੀਆਂ ਚੀਜ਼ਾਂ। ਅੱਜ ਜਿੱਥੇ ਬੈਠੇ ਹਾਂ, ਮਾਤਾ ਕੋਲ ਬੈਠੇ ਹਾਂ, ਇਹਨਾਂ ਨੇ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਿਆ, ਵਿਰਸੇ ਨੂੰ ਸਾਂਭਿਆ, ਉਹਦੇ ਨਾਲ ਨਾਲ ਉਹਨੂੰ ਆਮਦਨੀ ਦਾ ਸਾਧਨ ਵੀ ਬਣਾਇਆ ਜੀ। ਮੈਂ ਗੱਲ ਕਰ ਰਿਹਾ ਖੇਸਾਂ ਦਰੀਆਂ ਦਾ ਕੰਮ ਕਰਦੇ ਹਾਂ ਮਾਤਾ, ਅਤੇ ਇੰਨਾ ਵਧੀਆ ਕੰਮ ਆ ਕਿ ਇਹਨਾਂ ਦੇ ਜਿਹੜੇ ਖੇਸ ਦਰੀਆਂ ਜੇ ਇਹਨਾਂ ਦਾ ਬਣਿਆ ਕੱਪੜਾ ਆ, ਫੋਰਨ ਦੇ ਵਿੱਚ ਵੀ ਇਹਨਾਂ ਦੀ ਡਿਮਾਂਡ ਆ। ਅੱਜ ਸਾਰੇ ਇਹਨਾਂ ਦੇ ਸਫ਼ਰ ਦੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਮਾਤਾ ਸ਼ੁਰੂਆਤ ਦੀ ਗੱਲ ਕਰਦੇ ਹਾਂ ਵੀ ਇੱਕ ਤਾਂ ਹੈ ਨਾ ਵੀ ਪੁਰਾਣੇ ਟਾਈਮ ਤੋਂ ਤੁਸੀਂ ਕੰਮ ਕਰਦੇ ਆਏ ਹੋ ਨਾ, ਛੋਟੀ ਉਮਰ ਤੋਂ ਤੁਸੀਂ ਜਿਹੜਾ ਖੇਸਾਂ ਦਰੀਆਂ ਦਾ, ਤੇ ਇਹਨੂੰ ਕਮਾਈ ਦੇ ਰੂਪ ਵਿੱਚ ਕਦੋਂ ਲਿਆਂਦਾ? ਇਹ ਅਸੀਂ ਜੀ ਜਦੋਂ ਦਾ ਮੈਂ ਛੋਟੀ ਜਿਹੀ ਸੀ, ਅਸੀਂ ਵੀ ਜਦੋਂ ਉੱਥੇ ਅੱਡ ਵਿੱਡ ਹੋਏ, ਵੀ ਜਦੋਂ ਮੈਂ ਛੋਟੀ ਜਿਹੀ ਸੀ ਮੈਂ ਉਹਦੀ ਕੱਪੜਾ ਬੁਣ ਲੱਗ ਪਈ 10 ਸਾਲ ਦੀ, ਠੀਕ ਹੈ, ਪੈਰ ਨਹੀਂ ਮੇਰੇ ਖੱਡੀ ਚ ਉੱਪੜਦੇ ਸੀ, ਖੜੀ ਹੋ ਕੇ ਪੈਰ ਨਾਪਦੀ ਸੀ,
ਠੀਕ ਹੈ। ਅੱਛਾ ਫਿਰ ਮੈਂ ਬਣਾਉਣਾ ਸ਼ੁਰੂ ਜਦੋਂ ਕੀਤਾ, ਇੱਕ ਬਣਾ ਲਿਆ, ਦੋ ਬਣਾ ਲਿਆ, ਐਂ ਬਣਾਉਂਦੇ ਬਣਾਉਂਦੇ ਫਿਰ ਮੈਂ ਆਂਢੀਆਂ ਗੁਆਂਢੀਆਂ ਦੇ ਬਣਾਉਣ ਲੱਗ ਪਈ ਵੀ ਸਾਨੂੰ ਬਣਾ ਕੇ ਦਿਓ, ਸਾਨੂੰ ਜੇ ਸੋਹਣੇ ਬਣਦੇ ਸੀ। ਹਾਂਜੀ ਮੁੜ ਕੇ ਮੈਂ ਉੱਥੇ ਬਹੁਤ ਜਾਣੀਆਂ ਸਿਖਾਈਆਂ ਤੇ ਮੁੜ ਕੇ ਜਦੋਂ ਮੇਰੀ ਸ਼ਾਦੀ ਹੋ ਗਈ ਇੱਕਵੇਂ ਸਾਲ ਚ ਬਾਈਵੇਂ, ਹਾਂ ਉੱਥੇ ਮੈਂ ਬਹੁਤ ਸਿਖਾਇਆ। ਖਾਰਾ ਮੇਰਾ ਪਿੰਡ ਹੈ ਪੇਕੇ, ਹਾਂਜੀ ਠੀਕ ਹੈ। ਤੇ ਫਿਰ ਮੁੜ ਕੇ ਜਦੋਂ ਮੈਂ ਇੱਥੇ ਵਿਆਹੀ ਗਈ, ਇੱਥੇ ਵੀ ਮੈਂ ਬਹੁਤ ਕੰਮ ਦਿੱਤਾ ਪਿੰਡ ਚ, ਵੀ ਮੈਂ ਆਖ ਦਿੰਦੀ ਸੀ ਵੀ ਜੇ ਤੁਹਾਡੇ ਕੋਲੇ ਵੀ ਪਿੰਡ ਚ ਕੰਮ ਹੈ ਨੀ ਕਿਸੇ ਕੋਲੇ, ਬੀਬੀ ਕੋਲੇ ਕੰਮ ਬਥੇਰੇ ਆਪਾਂ ਨੂੰ ਕਰਨ ਵਾਲਿਆਂ ਨੂੰ, ਮੇਰੇ ਕੋਲੇ ਆਓ ਕੰਮ ਲਓ, ਵਿਹਲੀਆਂ ਨਾ ਰਹੋ, ਵੀ ਕੰਮ ਕਰਦਿਆਂ ਨੂੰ ਬੰਦਿਆਂ ਨੂੰ ਰੋਗ ਨੀ ਲੱਗਦੇ, ਕੋਈ ਸੋਚ ਨੀ ਪੈਂਦੀ। ਬਿਲਕੁਲ। ਤੇ ਇਹ ਹੁਣ 30 ਸਾਲ ਹੋ ਗਏ ਕੰਮ ਬੰਦ ਪਏ ਨੂੰ, ਠੀਕ ਹੈ। ਫਿਰ ਹੁਣ ਆਪਣੇ ਗਾਂਹ ਵਾਲੀ ਪੀੜ੍ਹੀ ਨੂੰ ਕਿਵੇਂ ਪਤਾ ਲੱਗੂਗਾ? ਬਿਲਕੁਲ ਬਿਲਕੁਲ। ਨਰਮੇ ਵੀ ਛੱਡਤੇ, ਕਪਾਹਾਂ ਵੀ ਛੱਡਤੀਆਂ, ਹਾਂਜੀ ਹਾਂਜੀ, ਤੋ ਕਿਵੇਂ ਪੀੜ੍ਹੀ ਆਪਣੀ ਵੇਖੂਗੀ ਵੀ ਆਹ ਕਪਾਹ ਹੁੰਦੀ ਹੈ, ਨਰਮਾ ਹੁੰਦਾ ਹੈ, ਕਪਾਹ ਤੋਂ ਰੂੰ ਬਣਦੀ ਹੈ, ਕਿਵੇਂ ਕੱਤੀ ਦਾ ਇਹ, ਇਹ ਬੱਚਿਆਂ ਨੂੰ ਕੋਈ ਪਤਾ ਨੀ। ਅੱਜ ਦੇ ਟਾਈਮ ਵਿੱਚ ਤਾਂ ਐ ਹੋ ਗਿਆ ਵੀ ਦੁਕਾਨ ਤੋਂ ਪੈਸੇ ਦਿਓ ਤਾਂ ਕੱਪੜਾ ਮਿਲਦਾ, ਪਹਿਲੇ ਟਾਈਮਾਂ ਦੇ ਵਿੱਚ ਕੱਪੜਾ ਬਣਦਾ ਕਿੱਦਾਂ ਸੀ ਉਹ ਸਾਰੀਆਂ ਚੀਜ਼ਾਂ ਭੁੱਲ ਗਏ ਲੋਕ, ਭੁੱਲ ਗਏ ਜੇ ਕਿ ਖੱਦਰ ਪਾਉਂਦੇ ਸੀ, ਠੰਡਾ ਰਹਿੰਦਾ ਸੀ, ਕੋਈ ਰੋਗ ਨੀ ਲੱਗਦਾ ਸੀ, ਬਿਲਕੁਲ ਜੀ, ਤੇ ਸਿਆਲ ਚ ਨਿੱਘਾ ਰਹਿੰਦਾ ਸੀ, ਹਾਂਜੀ ਹਾਂਜੀ, ਤੁਸੀਂ ਮੁੱਲ ਦੇ ਬਿਸਤਰਾ ਵਿਛਾ ਲਓ ਉਹਨੇ ਇਕੱਠਾ ਹੋ ਜਾਣਾ, ਹਾਂਜੀ, ਉਹ ਚ ਠੰਡ ਜਮਾ ਨੀ ਰੁਕਦੀ, ਬਿਲਕੁਲ, ਘਰ ਦਾ ਬਿਸਤਰਾ ਵਿਛਾ ਲਓ 15 ਸਾਲ ਤਾਂ ਊਂ ਨੀ ਪਾਟਦਾ, ਪਰ ਮੈਂ ਤਾਂ 20 ਸਾਲ ਕੱਢੂਗਾ, ਹਾਂਜੀ ਹਾਂਜੀ, ਤੇ ਮੁੱਲ ਦਾ ਕੁਛ ਚਿਰ ਵੀ ਨੀ ਹੰਡਦਾ। ਮੇਰੀ ਭੈਣ ਨੇ ਗਦਾਈਲੇ ਲੈ ਲਏ ਮੁੱਲ ਦੇ, ਕਹਿੰਦੀ ਐਡੇ ਸੋਹਣੇ ਜਦੋਂ ਧੋ ਪਾਏ ਤੋ ਸਾਰੇ ਉੱਗਰ ਗਏ, ਹਾਂਜੀ, ਮੁੜਕਿਆਂ ਦੀ ਘਰਦਿਆਂ ਵਰਗੀ ਰੀਸ ਤਾਂ ਹੈ ਨੀ, ਬਿਲਕੁਲ ਬਿਲਕੁਲ, ਬਜ਼ਾਰੀ ਇੱਕ ਟੈਂਪਰੇਰੀ ਕੰਮ ਹੈ, ਬਸ ਉਹ ਤਾਂ ਵਿਖਾਵਾ ਜ਼ਿਆਦਾ, ਹਾਂ ਵਿਖਾਵਾ ਜ਼ਿਆਦਾ, ਤੇ ਆਪਾਂ ਐ ਕਹਿ ਸਕਦੇ ਮਜ਼ਬੂਤੀ ਘੱਟ ਹੈ, ਹਾਂ ਮਜ਼ਬੂਤੀ, ਹਾਂਜੀ, ਜੇ ਹੁਣ ਆਪਾਂ ਕੰਮ ਕਰਦੇ ਆ, ਹੁਣ ਜਦੋਂ ਅਸੀਂ ਮੈਂ ਅੱਡ ਇੱਥੇ ਹੋਈ ਐ, ਇੱਕ ਅੱਡਾ ਕਿਸੇ ਦਾ ਕੱਢਣਾ, ਇੱਕ ਆਪਦਾ ਬਣਾ ਲੈਣਾ, ਠੀਕ ਹੈ। ਅੱਛਾ ਉਹ ਘਰਦਿਆਂ ਨੂੰ ਜਦੋਂ ਧੀ ਦਾ ਦਾਜ ਬਣਾਇਆ ਨਹੀਂ ਪਤਾ ਲੱਗਿਆ ਬੰਦਿਆਂ ਨੂੰ ਕਿੱਥੋਂ ਬਣ ਗਿਆ ਸਾਡਾ, ਹਾਂਜੀ, ਤੇ ਚੱਲ ਐ ਕਰਦੇ ਕਰਦੇ ਹੌਲੀ ਹੌਲੀ ਮੁੜ ਕੇ ਅਸੀਂ ਆਖਿਆ ਜਿਹੜਾ ਧੀ ਦਾ ਦਾਜ ਬਣਾਇਆ ਉਹ ਆਪ ਤੁਸੀਂ ਬਣਾਇਆ? ਹਾਂਜੀ, ਮੈਂ ਨਣਾਨਾ ਦਾ ਵੀ ਨਾਲ ਬਣਾਇਆ, ਜਦੋਂ ਮੇਰੇ ਸਹੁਰੇ ਨੇ ਆਖਿਆ, ਦੋ ਨਣਾਨਾ ਮੇਰੇ, ਹਾਂਜੀ ਹਾਂਜੀ, ਸਹੁਰਾ ਮੇਰਾ ਦਾ ਵੀ ਭਾਈ ਆਪਾਂ ਇੰਨੇ ਨੇ ਬਿਸਤਰ ਦੇਣੇ, ਮੈਂ ਬਾਪੂ ਜਦੋਂ ਆਪਾਂ ਆਪ ਜਾਣਦੇ ਹਾਂ, ਹਾਂਜੀ, ਤੇ ਆਪਾਂ ਵੱਧ ਦੇਵਾਂਗੇ ਕੋਈ ਗੱਲ ਨੀ। ਮੇਰਾ ਸਹੁਰਾ ਇਹ ਬੋਲਦਾ ਵੀ ਅੱਜ ਕੱਲ੍ਹ ਦੀਆਂ ਨੋਹਾਂ ਤਾਂ ਆਖ ਦਿੰਦੀਆਂ ਘੱਟ ਹੀ ਦੇਵਾਂਗੇ, ਤੇ ਤੂੰ ਕਿਵੇਂ ਆਖਿਆ ਵੀ ਆਪਾਂ ਵੱਧ ਦੇਵਾਂਗੇ? ਮੈਂ ਕਿਹਾ ਕੋਈ ਗੱਲ ਨੀ ਬਾਪੂ, ਇਸ ਘਰ ਦੀਆਂ ਧੀਆਂ ਉਹ, ਤੇ ਫੇਰ ਕੀ ਹੈ, ਹੁਣ ਕੋਈ ਅੱਗੇ ਵੇਲਾ ਆਂਢ ਗੁਆਂਢ ਦੀ ਧੀ ਭੈਣ ਆਉਣੀ ਤੇ ਆਪਾਂ ਨੂੰ ਕਿੰਨਾ ਚਾਅ ਚੜ੍ਹਦਾ ਸੀ, ਬਿਲਕੁਲ ਬਿਲਕੁਲ, ਵੀ ਧੀ ਆ ਗਈ, ਹਾਂਜੀ, ਹੁਣ ਘਰੇ ਵੀ ਜੇ ਆ ਜੇ ਅਗਲਾ ਹੁੰਦਾ ਹੈ ਮੁੜ ਜੇ ਤਾਂ ਚੰਗੀ ਗੱਲ ਹੀ ਹੈ, ਹਾਂਜੀ, ਹੱਥ ਨੂੰ ਮੁੜ ਜੇ ਚੰਗੀ ਗੱਲ ਹੀ ਹੈ, ਕਿੰਨੇ ਅੱਗੇ ਕਿੰਨਾ ਚਾਅ ਚੜ੍ਹਦਾ ਸੀ, ਸਹੀ ਹੈ ਸਹੀ ਹੈ, ਹਾਂਜੀ ਹਾਂਜੀ, ਅੱਗੇ ਆਏ ਗਏ ਦਾ ਚਾਅ ਹੋਣਾ, ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਪ੍ਰਾਹੁਣਾ ਆਪਾਂ ਰੱਬ ਦੇ ਰੂਪ ਆਪਾਂ ਸਮਝਣਾ ਨਾ, ਵੀ ਗੈਸਟ ਆਪਣਾ ਰੱਬ ਰੂਪ ਹੈ, ਹਾਂਜੀ, ਤੇ ਹੁਣ ਤਾਂ ਇਹ ਹੁੰਦਾ ਵੀ ਚਲੋ ਚਲੋ ਮਿਲ ਗਏ ਤੇ ਚਲੋ ਚਲੋ ਚੱਲੀ, ਤੇ ਮੇਰਾ ਹੁਣ ਇਹ ਵੀ ਮੇਰਾ ਹੁਣ ਵੀ ਇਹ ਸਵਾ ਹੈ ਜੇ ਕੋਈ ਮੈਨੂੰ ਵੱਡਾ ਕੋਈ 100 ਸਾਲ ਦਾ ਕੋਈ 75 ਸਾਲ ਦਾ ਕੋਈ ਮਿਲ ਜੇ, ਮੈਨੂੰ ਵੇਖ ਕੇ ਚਾਅ ਚੜ੍ਹ ਜਾਂਦਾ ਵੀ ਮੱਥੇ ਲਾਇਆ ਬੜਾ ਚੰਗਾ ਵੱਡਾ ਬੰਦਾ, ਹਾਂਜੀ ਹਾਂਜੀ, ਨਾਲੇ ਕੋਈ ਮੱਤ ਦੀ ਗੱਲ ਦਿੰਦਾ, ਬਿਲਕੁਲ ਬਿਲਕੁਲ, ਹਾਂਜੀ, ਮੁੜ ਕੇ ਤੇ ਮੈਨੂੰ ਜਦੋਂ ਮੈਂ ਮੁੰਡਿਆਂ ਦੇ ਵਿਆਹ ਕਰ ਲਏ, ਮੈਨੂੰ ਐਂ ਲੱਗੇ ਵੀ ਮੈਂ ਮੁੰਡੇ ਸ਼ਹਿਰ ਚ ਵਿਆਹ ਲਏ ਤੇ ਮੇਰਾ ਕੰਮ ਨਾ ਬੰਦ ਹੋ ਜਾਏ। ਅੱਛਾ, ਤੇ ਚਲ ਸ਼ੁਕਰ ਆ ਮੈਂ ਆਣੀ ਆ ਵੀ ਨਾਲ ਮੇਰੇ ਆ ਕੇ ਨਾਲ ਉਵੇਂ ਲੱਗ ਗਈਆਂ ਜਿਵੇਂ ਜਿਵੇਂ ਕਰਦੀ ਸੀ, ਵੇਖ ਵੇਖ ਕੇ ਵੇਖ ਵੇਖ ਕੇ, ਤਿੰਨੇ ਹੀ ਨੋਹਾਂ ਮੇਰੀਆਂ। ਅੱਛਾ ਅੱਛਾ, ਨਾਲ ਮੇਰੇ ਕਰਾਉਂਦਾ ਉਧਰਲੀ ਨੂੰਹ ਮੇਰੀ ਬੁੰਬਲ ਬੰਬਲ ਵੱਟਦੀ ਹੈ, ਮੈਂ ਬੁਣ ਬੁਣਾ ਦੇਈ ਜਾਂਦੀ, ਉਹ ਬੁੰਬਲ ਵੱਟੀ ਜਾਂਦੀ ਹੈ, ਠੀਕ ਹੈ ਠੀਕ ਹੈ, ਇਹ ਮੇਰੇ ਨਾਲ ਇੱਧਰ ਕਰਾਉਂਦੀਆਂ ਸਾਰਾ, ਥੋੜੀ ਜਿਹੀ ਜਗ੍ਹਾ ਘੱਟ ਕਰਕੇ, ਮੈਂ ਕਿਹਾ ਵੀ ਚੱਲ ਜਿਉਂਦੇ ਜਿਉਂਦੇ ਆ ਤਿੰਨਾਂ ਮੁੰਡਿਆਂ ਨੂੰ ਅੱਡੋ ਅੱਡੀ ਕਰਕੇ, ਤੇ ਅੱਡੋ ਅੱਡੀ ਮੈਂ ਕਿਹਾ ਊਂ ਭਰਾ ਤਿੰਨੇ ਇਕੱਠੇ ਕੰਮ ਕਰਦੇ ਆ, ਜੇ ਕਿਤੇ ਵੀ ਅੜੇ ਥੋੜੇ ਪੈਸਾ ਤੇ ਲੋਧਰ ਇਕੱਠੇ ਵਰਤਦੇ ਆ, ਤੇ ਇਹ ਊਂ ਕਰਤੇ ਵੀ ਸਾਡੇ ਜਿਉਂਦੇ ਜਿਉਂਦੇ ਮਗਰੋਂ ਲੜਨਗੇ ਨਾ, ਹਾਂਜੀ, ਵੀ ਆਹ ਘੱਟ ਹੋ ਗਿਆ ਵੱਧ ਹੋ ਗਿਆ, ਨਾਲ ਦੀ ਨਾਲ ਤਿੰਨਾਂ ਨੂੰ ਇੱਕੋ ਜਿਹਾ ਸਮਾਨ ਕਰਤਾ,
ਖਤਰਾ ਸੀ ਵੀ ਨੋਹਾਂ ਆਉਣਗੀਆਂ ਵੀ ਇਹ ਕੰਮ ਕਰਨਗੀਆਂ ਕਿ ਨਾ ਕਰਨਗੀਆਂ, ਵੀ ਜਦੋਂ ਉਹਨਾਂ ਨੇ ਕੀਤਾ ਆ ਕੇ ਤੇ ਮਨ ਨੂੰ ਖੁਸ਼ੀ ਹੈ ਵੀ ਆਪਦੇ ਅਰਗੀਆਂ ਮਿਲ ਗਈਆਂ, ਬਹੁਤ ਖੁਸ਼ੀ ਆਪਦੇ ਅਰਗੀਆਂ ਮਿਲ ਗਈਆਂ, ਹਾਂ ਐਵੇਂ ਪੂਰਾ ਸਾਥ ਦਿੰਦੀਆਂ ਮੇਰੇ ਨਾਲ। ਆਮਦਨੀ ਦੀ ਗੱਲ ਕਰਦੇ ਹਾਂ, ਅੱਜ ਦੇ ਟਾਈਮ ਦੀ ਗੱਲ ਕਰਦੇ ਆ, ਆਮਦਨੀ ਜਦੋਂ ਇਹ ਤਾਂ ਗੱਲ ਹੋ ਗਈ ਨਾ ਉਦੋਂ ਜਦੋਂ ਤੁਸੀਂ ਇਹ ਦਾਜ ਬਣਾਇਆ ਹਨਾ, ਆਪਣੀ ਬੇਟੀ ਵਾਸਤੇ ਦਾਜ ਬਣਾਇਆ, ਨਨਾਣਾ ਵਾਸਤੇ ਵੀ ਬਣਾਇਆ ਹਨਾ, ਤੇ ਜਦੋਂ ਆਮਦਨੀ ਵਿੱਚ ਕਦੋਂ ਆਏ ਇਹ ਵੀ ਵਿਕਣ ਕਦੋਂ ਲੱਗੇ ਵੀ ਹਾਂ ਵੀ ਇਹ ਮੇਰਾ ਕੱਪੜਾ ਤੇ ਜੀ ਮੈਨੂੰ ਇੱਥੇ ਜਦੋਂ ਮੈਂ ਇੱਧਰ ਵਿਆਹ ਹੀ ਆਈ ਹਾਂ ਬੁਣਨ ਲੱਗ ਪਈ, ਮੈਨੂੰ ਤਾਂ 15 ਸਾਲ ਹੋ ਗਏ, ਮੇਰਾ ਕੱਪੜਾ ਬਹੁਤ ਹੀ ਜ਼ਿਆਦਾ ਵਿਖਦਾ ਹੈ ਤੇ ਪਰ ਮੈਥੋਂ ਲਾਉਣੇ ਨੀ ਵੇਚਣ ਜਾਂਦਾ, ਘਰੇ ਹੀ ਬਸ ਲਹਿੰਦਾ ਮਗਰੋਂ ਪਹਿਲਾਂ ਲੈ ਜਾਂਦੇ, ਲਹਿੰਦਾ ਮਗਰੋਂ ਪਹਿਲਾਂ ਹੀ ਲੈ ਜਾਂਦੇ ਆ। ਕੈਨੇਡਾ ਚ ਵੀ ਮੇਰਾ ਕੱਪੜਾ ਬੁਣਿਆ ਵਾ ਗਿਆ ਹੈ। ਅੱਛਾ, ਤੇ ਆ ਪੂਣੇ ਪੂਣੇ ਇਹੋ ਜਿਹਾ ਕੁਛ ਤਾਂ ਦੂਰ ਦੂਰ ਤਾਈ ਗਏ ਵੀ ਹੈ, ਗਲਾਂ ਚ ਪਾਉਣ ਵਾਲੇ ਮੱਖ, ਪਰ ਹੁਣ ਵੀ ਬਹੁਤ ਜਾਂਦੇ ਆ। ਅੱਛਾ ਅੱਛਾ, ਤੇ ਕੱਪੜਾ ਮੈਥੋਂ ਸੇਲਾਂ ਤੇ ਮੈਨੂੰ ਸੱਦਦੇ ਆ ਵੀ ਤੂੰ ਸੇਲ ਲਾ ਕੇ, ਪਰ ਮੈਥੋਂ ਉੱਥੇ ਪਹੁੰਚਿਆ ਨੀ ਜਾਂਦਾ, ਘਰੇ ਕੱਪੜਾ ਮੇਰਾ ਲੱਗ ਜਾਂਦਾ। ਠੀਕ ਹੈ ਠੀਕ, ਹਾਂਜੀ। ਫਿਰ ਮੈਨੂੰ ਇੰਨਾ ਸ਼ੌਂਕ ਸੀ ਵੀ ਮੈਨੂੰ ਮੇਰੀ ਜਗ੍ਹਾ ਖੁੱਲੀ ਹੋਵੇ, ਮੈਂ ਲੰਮੇ ਲੋਟ ਐ ਖੱਡੀਆਂ ਲਾਵਾਂ ਤੇ ਮੇਰੇ ਕੋਲ ਬੀਬੀਆਂ ਬੁਣਨ ਆਉਣ, ਮੈਨੂੰ ਬਹੁਤ ਸ਼ੌਂਕ ਸੀ ਤੇ ਘਰੇ ਬੀਬੀ ਦੇ ਕੋਲ ਜੇ 4-6 ਲੜਾ ਗਏ ਤੇ ਬੁੜੀ ਇੰਨੇ ਨਾਲ ਖੁਸ਼ ਹੈ ਵੀ ਮੇਰੇ ਕੋਲ ਪੈਸਾ ਆਪਦਾ, ਕਿੱਥੇ ਮਰਜ਼ੀ ਵਰਤਲਾ, ਬਿਲਕੁਲ ਬਿਲਕੁਲ, ਹਾਂ ਜਿੱਥੇ ਮਰਜ਼ੀ ਵਰਤਲਾ ਵੀ ਮੰਗਣੇ ਨੀ ਪੈਂਦੇ। ਜੇ ਘਰੇ ਇੱਕ ਵੇਲੇ ਬੰਦਾ ਨਾ ਹੋਊ ਆਪਦੇ ਕੋਲੇ ਹੋਣਗੇ ਚੱਕ ਕੇ ਲਾ ਤਾਂ ਲਵਾਂਗੇ। ਹਾਂਜੀ ਹਾਂਜੀ, ਹਾਂ ਤੇ ਮੁੜ ਕੇ ਚੱਲ ਇੰਨੇ ਨੇ ਮੇਰੇ ਕੋਲ ਮੈਡਮ ਜੁੜ ਗਏ ਮੇਰੇ ਨਾਲ ਜੈਤੋ ਵਾਲੇ। ਨਹੀਂ ਬਾਹਰ ਤੱਕ ਜੇ ਵਿਕਰੀ ਦੀ ਗੱਲ ਕਰੀਏ, ਬਾਹਰ ਤੱਕ ਕਿਵੇਂ ਬਣਿਆ ਸਾਧਨ, ਵੀ ਬਾਹਰ ਤੱਕ ਆਪਣੇ ਜਾਣ ਲੱਗ ਪਏ, ਆਪਣੇ ਜਿਹੜੇ ਦਰੀਆਂ ਖੇਸ, ਆਪਣੇ ਮਫਲਰ ਆ, ਹਾਂਜੀ, ਜਾਂ ਫਿਰ ਆਪਣੇ ਜਿਹੜੇ ਤੌਲੀਏ ਆ ਜਿਹੜੇ ਬਣੇ। ਹਾਂਜੀ ਹਾਂਜੀ, ਇਹ ਫਿਰ ਮੈਥੋਂ ਇੱਥੋਂ ਹੀ ਆ ਕੇ ਲੈ ਜਾਂਦੇ ਆ ਘਰੋਂ ਜੀ। ਠੀਕ ਹੈ ਠੀਕ ਹੈ, ਹਾਂ ਵੀ ਜਿਵੇਂ ਹੁਣ ਮੈਂ ਆਖਦਾ ਵੀ ਮੈਂ ਇਕੱਠੇ ਕਰਨਾ ਵੀ ਮੈਂ ਸੇਲ ਲਵਾਇਆਉਂਗੀ, ਪਰ ਇਕੱਠੇ ਮੈਥੋਂ ਹੁੰਦੇ ਨਹੀਂ, ਘਰੇ ਹੀ ਵਿਖ ਜਾਂਦੇ ਆ। ਠੀਕ ਹੈ ਠੀਕ, ਹਾਂਜੀ, ਮਤਲਬ ਲੋਕਾਂ ਨੂੰ ਪਸੰਦ ਆ ਇਹ ਚੀਜ਼ਾਂ, ਪਰ ਇੱਕ ਐ ਕਹਿ ਸਕਦੇ ਆ ਵੀ ਲੋਕ ਆਲਸੀ ਹੋ ਗਏ, ਉਹ ਚੀਜ਼ਾਂ ਕਰਨੋਂ ਹਟ ਗਏ, ਹਨਾ ਜੀ। ਆਪਾਂ ਹੁਣ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਕੀ ਚੀਜ਼ ਹੈ, ਬਿਲਕੁਲ ਨਾ ਕੋਈ ਚਰਖੇ ਦਾ, ਨਾ ਕੋਈ ਊਰੀ ਦਾ, ਨਾ ਕੋਈ ਊਰਿਆਂ ਦਾ, ਕਾਸੇ ਦਾ ਨਹੀਂ ਪਤਾ। ਤੇ ਹੁਣ ਅਸੀਂ ਮੇਰਾ ਐਵੇਂ ਹੁਣ ਮੈਂ ਉੱਥੇ ਕੰਮ ਚਲਾਇਆ ਕਰਕੇ ਜਿੱਥੇ ਮੇਰੇ ਇਹ ਮਨ ਖੁਸ਼ ਹੈ ਵੀ ਸਾਰੇ ਬੱਚੇ ਵੇਹਦੇ ਆ। ਹੁਣ ਜਿਹੜੀਆਂ ਬੀਬੀਆਂ ਉੱਥੇ ਲੱਗੀਆਂ ਉਹਨਾਂ ਨੇ ਸਾਨੂੰ ਸੂਈ ਚ ਧਾਗਾ ਨਹੀਂ ਪਾਉਣਾ ਹੁੰਦਾ ਸੀ, ਜਿਹੜਾ ਅਸੀਂ ਧਾਗੇ ਇੰਨੇ ਨੇ ਲਾਉਣ ਲੱਗ ਗਈਆਂ, ਐਡਾ ਸੋਹਣਾ ਕੱਪੜਾ ਬੁਣਨ ਲੱਗ ਪਈਆਂ, ਬਹੁਤ ਉਹਨਾਂ ਨੂੰ ਚਾਅ ਚੜਿਆ ਵਾ ਤੇ ਮੈਨੂੰ ਵੀ ਬਹੁਤ ਚਾਅ ਚੜਿਆ ਵੀ ਸਾਡਾ ਕੰਮ ਅੱਗੇ ਵਧਿਆ ਹੀ ਜਾਵੇ। ਸਾਡੇ ਤਾਂ ਪਿਓ ਨੇ ਤਿੰਨਾਂ ਭੈਣਾਂ ਨੂੰ ਚਰਖੇ ਦਿੱਤੇ ਸੀ, ਹੁਣ ਤਾਂ ਦਿੰਦੇ ਨਾ ਮੋਟਰਸਾਈਕਲ, ਸਾਨੂੰ ਚਰਖੇ ਦਿੱਤੇ ਸੀ ਮੇਰੀਆਂ ਧੀਆਂ ਕੰਮ ਕਰਦੀਆਂ ਹੀ ਰਹਿਣ, ਇਹਦੇ ਤੇ ਕੰਮ ਕਰਨ, ਚੀਜ਼ਾਂ ਬਣਾਉਣ ਵੀ ਅੱਗੇ ਦੇ ਅੱਗੇ ਤਰੱਕੀ ਵਧੇ। ਹਾਂਜੀ, ਉਹੀ ਆਪਾਂ ਐ ਕਹਿ ਸਕਦੇ ਵੀ ਉਹੀ ਚਰਖਿਆਂ ਨੇ ਅੱਜ ਜਿਹੜੀ ਆ ਪਛਾਣ ਬਣਾਈ ਆ, ਬਾਹਰ ਤੱਕ ਆਪਣੀ ਪਹੁੰਚ ਕੀਤੀ। ਹਾਂ ਕੀਤੀ ਆ ਜੀ ਬਹੁਤ। ਤੇ ਮੈਂ ਭੈਣ ਨਾਲ ਗੱਲ ਕਰੂੰਗਾ, ਭੈਣੇ ਜਦੋਂ ਤੁਸੀਂ ਇੱਥੇ ਆਏ ਆ ਤੇ ਤੁਹਾਨੂੰ ਉਦੋਂ ਕਿਵੇਂ ਸੀ, ਇੱਥੇ ਇਹ ਕੰਮ ਆਉਂਦਾ ਸੀ ਪਹਿਲਾਂ ਕਿ ਇੱਥੇ ਆ ਕੇ ਜਿਹੜਾ ਸਾਰਾ ਸਿੱਖੇ ਸੀ? ਨਹੀਂ, ਮੇਰੀ ਮੈਰਿਜ ਨੂੰ 4 ਸਾਲ ਹੋ ਗਏ, ਪਹਿਲਾਂ ਤਾਂ ਮੈਂ ਜਮੇ ਨਹੀਂ ਕਦੇ ਵੇਖਿਆ ਸਾਡੇ ਪੇਕਿਆਂ ਦੀ ਫੈਮਿਲੀ। ਠੀਕ ਹੈ, ਮੇਰੀ ਮੰਮੀ ਤਾਂ ਸਿਲਾਈ ਕਰਦੇ ਆ, ਠੀਕ ਹੈ, ਇਸ ਕੰਮ ਦੀ ਕੋਈ ਨੌਲੇਜ ਨਹੀਂ ਸੀ, ਮੈਂ ਤਾਂ ਚਰਖਾ ਵੀ ਇੱਥੇ ਆ ਕੇ ਦੇਖਿਆ। ਠੀਕ ਹੈ, ਮੈਨੂੰ ਨਹੀਂ ਪਤਾ ਸੀ, ਮਤਲਬ ਇੱਥੇ ਆ ਕੇ ਮਤਲਬ ਫਿਰ ਆਪਣੇ ਮਾਤਾ ਜੀ ਕੋਲ ਤੁਸੀਂ ਸਿੱਖਿਆ? ਹਾਂਜੀ ਸਰ, ਮੈਨੂੰ ਹੌਲੀ ਹੌਲੀ, ਮੈਨੂੰ ਸ਼ੁਰੂ ਤੋਂ ਹੀ ਆ ਸ਼ੌਂਕ ਮੈਂ ਨਵੀਆਂ ਤੋਂ ਨਵੀਆਂ ਚੀਜ਼ਾਂ ਸਿੱਖਾਂ। ਠੀਕ ਹੈ ਠੀਕ ਹੈ, ਮਤਲਬ ਏਦਾਂ ਸੀਗਾ ਵੀ ਸ਼ੁਰੂ ਤੋਂ ਦਿਮਾਗ ਵਿੱਚ ਵੀ ਜਿਵੇਂ ਹੁੰਦਾ ਬੰਦੇ ਨੂੰ ਨਵੀਂ ਚੀਜ਼ ਸਿੱਖਾਂ, ਤੇ ਉਹੀ ਜਿਹੜੀ ਆ ਓਦਾਂ ਦਾ ਘਰ ਮਿਲਿਆ। ਹਾਂਜੀ, ਓਦਾਂ ਦੀ ਫੈਮਿਲੀ ਮਿਲ ਗਈ ਓਦਾਂ ਦਾ। ਠੀਕ ਠੀਕ, ਤੇ ਮੁਸ਼ਕਲ ਨਹੀਂ ਏਦਾਂ, ਕਈ ਵਾਰ ਪਤਾ ਕੀ ਹੁੰਦਾ ਜਦੋਂ ਮਾਹੌਲ ਬਦਲਦਾ
ਆਪਾਂ ਨੂੰ ਆਪਣਾ ਪੇਕਾ ਘਰ ਹੋਰ ਹੁੰਦਾ, ਸਹੁਰੇ ਘਰ ਆ ਕੇ ਮਾਹੌਲ ਹੋਰ ਹੁੰਦਾ। ਕਈ ਵਾਰੀ ਅੱਜ ਕੱਲ੍ਹ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਜਿਹੜੀਆਂ, ਮੈਂ ਸਾਰੀਆਂ ਦੀ ਗੱਲ ਨਹੀਂ ਕਰ ਰਿਹਾ, ਬਹੁਤਾ ਹੁੰਦਾ ਵੀ ਅਸੀਂ ਆਰਾਮ ਨਾਲ ਬੈਠੀਏ ਅਤੇ ਖਾਈਏ, ਸਾਨੂੰ ਬਹੁਤਾ ਕੁਛ ਕਰਨਾ ਨਾ ਪਵੇ। ਅੱਜ ਕੱਲ੍ਹ ਜਿਹੜੀ ਸੋਚ ਆ, ਤੁਹਾਨੂੰ ਔਖਾ ਨਹੀਂ ਲੱਗਿਆ? ਨਹੀਂ, ਮੈਨੂੰ ਕੋਈ ਔਖਾ ਨਹੀਂ ਲੱਗਿਆ। ਮੈਨੂੰ ਐ ਹੁੰਦਾ ਵੀ ਜੇ ਆਪਾਂ ਕੰਮ ਕਰਾਂਗੇ, ਹਾਂਜੀ, ਤੇ ਨਾਲੇ ਤਾਂ ਆਪਣੇ ਸਰੀਰ ਵਧੀਆ ਰਹਿੰਦਾ, ਹਾਂਜੀ, ਤੇ ਨਾਲੇ ਆਪਾਂ ਕੰਮ ਕਰਦੇ ਆ ਕੋਈ ਇਨਕਮ ਆਉਂਦੀ ਆ, ਹਾਂਜੀ ਹਾਂਜੀ, ਨਾਲ ਮੈਂ ਆਪਦੇ ਹਸਬੈਂਡ ਦੇ ਨਾਲ ਹੱਥ ਵਟਾਉਣੀ ਆ। ਠੀਕ ਆ ਠੀਕ ਆ, ਹਾਂਜੀ, ਮਤਲਬ ਤੁਸੀਂ ਦੋਵੇਂ ਭੈਣਾਂ ਨਾ? ਹਾਂਜੀ ਰਿਆ ਸਿਸਟਰ। ਤੁਸੀਂ ਵੱਡੀ ਭੈਣ ਹੋ? ਹਾਂਜੀ। ਠੀਕ ਆ ਠੀਕ ਆ, ਤੇ ਨਾਲ ਫਿਰ ਭੈਣ ਨੂੰ ਵੀ ਇਸੇ ਕੰਮ ਤੇ? ਇਹਨਾਂ ਨੂੰ ਇਹ ਕਿੰਨਾ ਟਾਈਮ ਹੋਇਆ ਮੈਰਿਜ ਤੇ, ਇਹਨਾਂ ਦੇ ਮਤਲਬ ਸਿੱਖਣਾ ਕਦੋਂ ਸ਼ੁਰੂ ਕੀਤਾ? ਐਕਚੁਅਲੀ ਮੇਰੀ ਮੈਰਿਜ ਬਾਅਦ ਚ ਹੋਈ ਆ, ਹੈ ਮੈਂ ਉਧਰੋਂ ਵੱਡੀ ਆ, ਇਧਰੋਂ ਮੈਂ ਛੋਟੀ ਆ। ਠੀਕ ਆ ਠੀਕ ਆ, ਪਹਿਲਾਂ ਪੜ੍ਹਦੀ ਸੀ, ਮੇਰੀ ਇਹ ਭੈਣ ਮੇਰੀ ਪਲੱਸ ਟੂ ਕਰਕੇ ਹਟ ਗਈ ਸੀ। ਠੀਕ ਆ ਠੀਕ ਆ, ਮੈਂ ਬੀਕੌਮ ਕੀਤੀ ਆ। ਠੀਕ ਆ, ਫਿਰ ਮੇਰੇ ਘਰਦਿਆਂ ਨੇ ਇਹਦੀ ਮੈਰਿਜ ਕਰਤੀ। ਇਹਦੀ ਮੈਰਿਜ ਨੂੰ ਤਾਂ 10 ਸਾਲ ਹੋ ਗਏ, ਮੇਰੀ ਨੂੰ ਤਾਂ 4 ਹੀ ਹੋਏ ਆ। ਠੀਕ ਠੀਕ ਆ, ਕਿੱਦਾਂ ਦਾ ਕੰਮ ਲੱਗਦਾ ਆ ਵਾਲਾ ਜਿਹੜਾ ਤੁਸੀਂ ਕਰਦੇ ਆ? ਇਹ ਕੰਮ ਇੰਟਰਸਟਿੰਗ ਆ। ਠੀਕ ਆ, ਰੋਜ਼ ਨਵਾਂ ਸਿੱਖਣ ਨੂੰ ਕੁਝ ਮਿਲਦਾ ਵੀ, ਹਰ ਵਾਰ ਨਵੀਂ ਕੋਈ ਕ੍ਰੀਏਟਿਵ ਚੀਜ਼ ਕਰਨੀ, ਕੋਈ ਬੂਟੀ ਪਾਉਣੀ ਆ ਜਾਂ ਫੁੱਲ ਪਾਉਣਾ ਆ, ਉਹਦੇ ਵਿੱਚ ਹੀ ਇੱਕ ਕ੍ਰੀਏਟੀਵਿਟੀ, ਇੱਕ ਨਵਾਂ ਕੰਮ ਆ। ਕਿੰਨੀ ਖੁਸ਼ੀ ਹੁੰਦੀ ਆ ਜਦੋਂ ਲੋਕ ਨਾ, ਜਦੋਂ ਆਪਣੇ ਇੱਕ ਆਪਾਂ ਕੰਮ ਕਰਦੇ ਆ, ਕੰਮ ਦਾ ਜਦੋਂ ਮੁੱਲ ਉਦੋਂ ਪੈਂਦਾ ਜਦੋਂ ਲੋਕ ਆ ਕੇ ਸਿਫਤਾਂ ਕਰਦੇ ਆ ਵੀ ਹਾਂ ਵੀ ਕੰਮ ਵਧੀਆ ਕੀਤਾ, ਸੋਹਣਾ ਕੰਮ ਕੀਤਾ। ਜਦੋਂ ਸੋਹਣਾ ਕੀਤਾ ਕੋਈ ਕਹਿੰਦਾ, ਸ਼ਾਬਾਸ਼ ਦਿੰਦਾ, ਉਦੋਂ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ, ਅੰਦਰੂਨੀ ਖੁਸ਼ੀ ਮਿਲਦੀ ਬਹੁਤ ਜੀ। ਮੈਂ ਦਿਨੇ ਦਿਨੇ ਤਾਂ ਵੇਲੋ ਜੀ ਮੈਂ ਤਾਣੀ ਦਾ ਬੁਣਨਾ। ਠੀਕ ਆ। ਅੱਛਾ, ਰਾਤ ਨੂੰ ਜੀ ਮੇਰੇ ਬੈੱਡ ਦੇ ਕਿੱਡੀ ਚਾਦਰ ਹੁੰਦੀ ਆ ਕਰੋਸ਼ੀਏ ਤੇ, ਮੇਰੀਆਂ ਆਪ ਬਣਾਈਆਂ ਹੋਈਆਂ ਮੈਡਮਾਂ ਸਕੂਲ ਵਾਲੀਆਂ ਦੀਆਂ ਸਵੈਟਰਾਂ ਕੋਟੀਆਂ, ਉਹ ਮੈਂ ਰਾਤ ਨੂੰ ਬੁਣਦੀਆਂ। ਠੀਕ ਆ। ਜੋ ਦਰੀਆਂ ਬਣਾਈਆਂ ਉਹ ਅਸੀਂ ਰਾਤ ਨੂੰ ਬੁਣਦੀਆਂ, ਦਿਨੇ ਅਸੀਂ ਖੱਡੀ ਦਾ ਕਰਨਾ। ਠੀਕ ਆ ਠੀਕ ਆ, ਤੇ ਹੋਰ ਸਿੱਖਣ ਵੀ ਆਉਂਦੀਆਂ ਭੈਣਾਂ ਦੀ ਜੋ ਵੀ ਆਵੇ? ਹਾਂਜੀ, ਸਾਨੂੰ ਵੀ ਕੰਮ ਸਿਖਾ ਦੋ। ਹਾਂਜੀ, ਆਉਂਦੀਆਂ ਤੇ ਕਰੋਸ਼ਾ ਸਿੱਖਣਾ ਹੀ, ਮੇਰੇ ਕੋਲੇ ਕੁੜੀ ਆ ਸਾਡੇ ਨਾਲ ਦੇ ਗਵਾਂਢੀਆਂ ਦੇ ਕੋਈ ਜੀ। ਠੀਕ ਆ। ਸਿਖਾਈ ਗਈ ਮੈਂ ਤੇ ਨਾ ਉਹਨੂੰ ਆਇਆ। ਅੱਛਾ। ਮੈਂ ਇਹਨਾਂ ਦੀ ਭਾਬੀ, ਮੈਂ ਤੈਨੂੰ ਇੱਕ ਗੱਲ ਦੱਸਾਂ, ਕਹਿੰਦੀ ਜੇ ਤੂੰ ਮੈਨੂੰ ਝਿੜਕ ਦੇ ਮੈਨੂੰ ਵਹਿੰਦਾ ਹੀ ਆਜੂਗਾ। ਮੈਂ ਨਹੀਂ ਝਿੜਕਦੀ ਨੀ, ਮੈਂ ਤੈਨੂੰ ਪਿਆਰ ਨਾਲ ਹੀ ਦੱਸਦੀ ਆ। ਪਿਆਰ ਨਾਲ ਹੀ ਦੱਸਿਆ, ਮੈਂ ਝਿੜਕਿਆ ਨਹੀਂ ਜਾਂਦਾ। ਹਾਂ, ਝਿੜਕਿਆ ਨਹੀਂ ਜਾਂਦਾ, ਮੈਂ ਤੈਨੂੰ ਪਿਆਰ ਨਾਲ ਹੀ ਦੱਸਦੀ ਆ। ਹਾਂਜੀ। ਹਾਂ ਨਹੀਂ, ਕਹਿੰਦੀ ਭਾਬੀ ਵਧੀਆ, ਚੱਲ ਮੈਨੂੰ ਤਾਂ ਆ ਗਿਆ, ਹੁਣ ਤਾਂ ਯਾਦ ਕਰਦੇ ਆ। ਯਾਦ ਮੈਨੂੰ ਜਿੰਨੇ ਵੀ ਖੇਸ ਤਾਣੀਆਂ ਮੇਰੀਆਂ ਜਾਂਦੀਆਂ, ਜਦੋਂ ਕੱਢਦੀਆਂ ਧੋਂਦੀਆਂ, ਉਹਨਾਂ ਪਹਿਲਾਂ ਤੈਨੂੰ ਯਾਦ ਕਰਦੀਆਂ ਨੀ, ਸਾਡੀ ਭਰਜਾਈ ਨੇ ਬੁਣ ਕੇ ਦਿੱਤੇ ਸੀ ਸਾਨੂੰ। ਹਾਂਜੀ ਹਾਂਜੀ, ਬਿਲਕੁਲ। ਹਾਂ, ਏਡੇ ਸੋਹਣੇ, ਤੇ ਨਾ ਹੀ ਹੁਣ ਕੋਈ ਘਰ ਦਾ ਬੁਣਿਆ ਮਿਲਦਾ, ਉਹਨਾਂ ਜਦੋਂ ਕੱਢਦੀਆਂ ਉਹਦੀ ਯਾਦ ਕਰਦੇ। ਹਾਂਜੀ, ਪਹਿਲੇ ਟਾਈਮਾਂ ਦੀ ਗੱਲ ਕਰਦੇ, ਜਿਹੜੇ ਉਸ ਟਾਈਮ ਦੀ ਜਦੋਂ ਤੁਸੀਂ ਪਹਿਲਾਂ ਕਰਦੇ ਸੀ ਉਦੋਂ ਬਣਾਉਂਦੇ ਸੀ, ਤੇ ਅੱਜ ਦੇ ਟਾਈਮ ਦੀ ਗੱਲ ਕਰਦੇ, ਅੱਜ ਬਣਾਉਂਦੇ ਹੋ, ਹਾਂਜੀ, ਫਰਕ ਦੀ ਗੱਲ ਕਰੀਏ। ਫਰਕ ਤਾਂ ਬਹੁਤ ਪਿਆ ਜੀ, ਹੁਣ ਤਾਂ ਕਰਦੀਆਂ ਹੀ ਨਹੀਂ ਕੰਮ ਵੀ, ਆਖ ਦਿੰਦੇ ਕੀ ਕਰਨਾ, ਹੁਣ ਬਾਹਰ ਹੈ, ਆਪਾਂ ਬਾਹਰ ਜਾ ਕੇ ਬਹਿਣੇ। ਬਿਲਕੁਲ। ਇੱਥੇ ਉਹ ਜਿਹੜਾ ਬਾਹਰ ਕੰਮ, ਜੇ ਆਪਾਂ ਇੱਥੇ ਕਰ ਲਈਏ ਕੋਈ ਛੰਗ ਸ਼ਰਮ ਨਹੀਂ, ਆਪਾਂ ਜਿਹੜਾ ਹੱਥਾਂ ਨਾਲ ਕੰਮ ਕਰਨਾ। ਬਿਲਕੁਲ ਬਿਲਕੁਲ। ਹਾਂ, ਤੇ ਉੱਥੇ ਭਾਵੇਂ ਦੀ ਕੋਈ ਕੰਮ ਕਰਨ ਵਿੱਚ ਸੰਗ ਨਹੀਂ ਹੋਣੀ ਚਾਹੀਦੀ। ਹਾਂ, ਨਹੀਂ ਸੰਗ ਨਹੀਂ ਹੋਣੀ ਚਾਹੀਦੀ, ਆਪਦੇ ਹੱਥਾਂ ਦੀ ਮਿਹਨਤ ਕੰਮ ਕੋਈ ਵੀ ਹੈ ਭਾਵੇਂ, ਹਾਂਜੀ, ਕੋਈ ਕਰ ਲਓ, ਕੰਮ ਦਾ ਕੋਈ ਡਰ ਨਹੀਂਗਾ। ਆਪਾਂ ਪੈਸੇ ਵੇਖਣਾ, ਬਾਹਰ ਵੀ ਆਪਾਂ ਪੈਸੇ ਨੂੰ ਕਹਿੰਦੇ ਹਾਂ, ਬਿਲਕੁਲ, ਪੈਸਾ ਪੈਸਾ ਹੀ ਕਰਦੇ ਹਾਂ। ਬਿਲਕੁਲ। ਜੇ ਆਪਾਂ ਇੱਥੇ ਕਮਾ ਲਗੇ ਬੜ ਜਾਂਦੇ, ਨਾਲੇ ਆਪਾਂ ਸਾਹ ਵੀ ਲੈ ਸਕਦੇ, ਨਾਲੇ ਬੰਦਾ ਆਪਣਾ ਕੰਮ ਦਾ ਰਾਜਾ ਆ, ਵੀ ਕੋਈ ਉਹ ਨਹੀਂ ਹੈਗਾ, ਆਪਦੀ ਮਰਜ਼ੀ ਨਾਲ ਬੰਦੇ ਨੇ ਉੱਠਣਾ, ਆਪਣੀ ਮਰਜ਼ੀ ਨਾਲ ਨਾਲੇ ਹੁਣ ਆਪਣੇ ਮਾਂ ਪਿਓ ਦੇ ਕੋਲੇ, ਹੁਣ ਅੱਜ ਕੱਲ ਦੇ ਵੇਲੇ ਚ ਹਾਂਜੀ ਅਗਲਾ ਹੁੰਦਾ ਕੀ ਲੈਣਾ ਮਾਂ ਤੋਂ, ਕੀ ਲੈਣਾ ਪਿਓ ਤੋਂ। ਇੱਕ ਮਾਂ ਹੁੰਦੀ ਆ, ਬਿਲਕੁਲ, ਮਾਂ ਦੇ 4 ਬੱਚੇ ਹੁੰਦੇ ਆ, ਹੁੰਦੇ ਸੀ ਕਿ ਨਹੀਂ? ਬਿਲਕੁਲ। 4 ਬੱਚਿਆਂ ਨੂੰ ਮਾਂ ਸਾਂਭਦੀ ਸੀ, ਬਿਲਕੁਲ ਸਾਂਭਦੀ ਸੀ ਕਿ ਨਹੀਂ? ਬਿਲਕੁਲ, ਸਹੀ ਗੱਲ। ਹੁਣ ਪੁੱਤ ਇੱਕ ਤਾਂ ਮਾਂ ਨਹੀਂ ਸਾਂਭੀ ਜਾਂਦੀ, ਸਹੀ ਗੱਲ ਆ, ਨਹੀਂ ਸਾਂਭੀ ਜਾਂਦੀ ਨਾ? ਬਿਲਕੁਲ ਬਿਲਕੁਲ। ਅੱਛਾ, ਮਾਂ ਜਵਾਨਾ ਬਦਲ ਗਿਆ, ਹਾਂਜੀ ਹਾਂਜੀ, ਮਾਂ ਵਰਾਉਂਦੀ ਵੀ ਸੀ, ਬਿਲਕੁਲ, ਗਿੱਲਾ ਸੁੱਕਾ ਵੀ ਕਰਦੀ ਸੀ, ਬਿਲਕੁਲ। ਹੁਣ ਜਦੋਂ ਮਾਂ ਵੱਡੀ ਹੋ ਜਾਂਦੀ ਉਮਰ ਦੀ, ਹਾਂਜੀ,
ਪੁੱਤ ਨਹੀਂ ਕਰ ਸਕਦੇ ਸੁੱਕਾ ਗਿੱਲਾ, ਬਿਲਕੁਲ ਨੂੰਹਾਂ ਨੂੰ ਕਹਿ ਕੇ ਕਰਾ ਸਕਦੇ ਆ, ਬਿਲਕੁਲ ਕਰੋ ਬਾਈ ਆਪਾਂ, ਸਾਨੂੰ ਵੀ ਸਾਂਭਿਆ, ਤੁਹਾਡੀਆਂ ਮਾਵਾਂ ਨੇ ਤੁਹਾਨੂੰ ਸਾਂਭਿਆ, ਬਿਲਕੁਲ। ਡਿਮਾਂਡ ਦੀ ਗੱਲ ਕਰਦੇ ਆ, ਕਿਹੜੀ ਚੀਜ਼ ਦੀ ਜ਼ਿਆਦਾ ਡਿਮਾਂਡ ਹੁੰਦੀ ਹੈ? ਵੀ ਖੇਸ ਹੋ ਗਏ, ਮਫਲਰ ਹੋ ਗਏ, ਕਿਹੜੀ ਜ਼ਿਆਦਾ? ਹੁਣ ਖੇਸਾਂ ਦੀ ਮੰਗ ਬਹੁਤ ਜ਼ਿਆਦਾ ਹੋਈ ਪਈ ਹੈ ਜੀ। ਵੀ ਕੀ ਮੌਸਮ ਦੇ ਹਿਸਾਬ ਤੇ ਹੁੰਦਾ? ਹਾਂ ਮੌਸਮ ਦੇ, ਹਾਂ ਹਿਸਾਬ ਤੇ। ਠੀਕ ਹੈ, ਠੀਕ ਹੈ ਜੀ। ਹਾਂ ਹੁਣ ਨਿੱਤ ਫੋਨ ਆਉਂਦੇ ਵੀ ਸਾਨੂੰ ਇੰਨੇ ਚਾਹੀਦੇ, ਇੰਨੇ ਚਾਹੀਦੇ ਆ, ਫਿਰ ਮੈਂ ਆਖਦੀ ਚੱਲ ਵੀ ਉੱਥੇ ਸਿਖਾਉਣ ਜਾਂਦੀ ਹੈ ਤੇ ਹੌਲੀ ਹੌਲੀ ਮੈਂ ਉੱਥੇ ਵੀ ਖੇਸ ਲਵਾ ਦੂੰਗੀ, ਆਪਾਂ ਉੱਥੋਂ ਦੇਖਣੇ ਸ਼ੁਰੂ ਕਰ ਦਾਂਗੇ, ਉਹ ਵੀ ਕੰਮ ਆਪਦਾ ਹੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਜੇ ਆਪਾਂ ਗੱਲ ਕਰੀ ਕੀਤੀ ਹੈ ਸਿੱਖਣ ਦੀ ਗੱਲ ਕੀਤੀ ਹੈ, ਕਿੰਨੇ ਕੁ ਜਾਣੇ ਆ ਹੁਣ ਤੱਕ ਜਿਹੜੇ ਤੁਹਾਡੇ ਕੋਲ ਸਿੱਖ ਕੇ ਆਪਣਾ ਕੰਮ ਕਰਦੇ? ਸਾਡੇ ਕੋਲ ਜੀ ਹੁਣ 8 ਬੁੜੀਆਂ ਉੱਥੇ ਖੱਡੀਆਂ, ਸਾਡੇ ਕੋਲ ਵੀ ਜਗ੍ਹਾ ਘੱਟ ਆ, ਹੁਣ 25 ਖੱਡੀਆਂ ਦੀ ਅਸੀਂ ਉੱਥੇ ਜਗ੍ਹਾ ਬਣਾਈ ਹੈ। ਠੀਕ ਆ। ਤੇ ਹੁਣ ਆਹ 6 ਜਮਾ ਸਿੱਖ ਦੀਆਂ 6 ਆਪ ਦੀ ਆਪ ਉਹ ਕੰਮ ਕਰ ਲੈਣਗੀਆਂ। ਠੀਕ ਆ। ਹਾਂਜੀ 100 ਗਜ ਤਾਣਾ, 200 ਗਜ ਤਾਣਾ ਤਣ ਕੇ ਇਕੱਠੇ ਹੀ ਲਾਉਣੇ ਆ। ਹਾਂਜੀ ਹਾਂਜੀ। ਤੇ ਹੁਣ ਅਗਲੇ ਮਹੀਨੇ ਚ 6 ਹੋਰ ਆ ਜਾਣਗੀਆਂ। ਹਾਂਜੀ ਹਾਂਜੀ। ਫਿਰ ਇਹ ਭਾਵਾਂ ਤਾਂ ਇਹਨਾਂ ਦੀ ਮਰਜ਼ੀ ਘਰੇ ਕੰਮ ਚਲਾਉਣ, ਇਹਨਾਂ ਦੀ ਮਰਜ਼ੀ ਸਾਡੇ ਕੋਲ ਹੀ ਉੱਥੇ ਕਰੀ ਜਾਣ। ਅਸੀਂ 30 ਤੋਂ ਕੰਮ ਸਟਾਰਟ ਕੀਤਾ, 30 ਰੁਪਏ ਗਾਈ ਦੇ ਦਿੰਦੇ ਉਹਨਾਂ ਨੂੰ ਸਿੱਖਣ ਲਈ। ਹਾਂਜੀ ਹਾਂਜੀ। ਸਿੱਖ ਦੇ ਸੂਤ ਵੀ ਆਪਦਾ, ਸਾਰਾ ਕੁਝ ਸਾਡਾ ਆਪਦਾ ਉੱਥੇ। ਬਿਲਕੁਲ ਬਿਲਕੁਲ। ਤੇ ਹੁਣ ਉਹ 50 ਰੁਪਏ ਗਾਈ ਤੇ ਜਾਵੜੀਆਂ। ਠੀਕ ਆ। ਜੇ ਉਹ ਆਥਣ ਨੂੰ 6 ਗਾਲ ਲੀੜਾ ਬੁਣ ਦਿੰਦੇ 50 ਦੇ ਹਿਸਾਬ ਤੇ 300 ਬਣ ਗਿਆ। ਬਿਲਕੁਲ 300 ਬਣ ਗਿਆ। ਛਾਲਾਂ ਮਾਰਦੀਆਂ ਜਾਂਦੀਆਂ, ਮਹੀਨੇ ਦਾ 9000 ਬਣ ਜੂ। ਬਿਲਕੁਲ ਬਿਲਕੁਲ। ਤੇ ਐਡੀ ਬੁੱਟੀ ਬਣ ਜਾਂਦੀ। ਬਿਲਕੁਲ ਬਿਲਕੁਲ। ਮਤਲਬ ਜੇ ਕਰਿਆ ਹੀ ਆ, ਕੰਮ ਕਰਿਆ ਹੀ ਸਾਰਾ ਕੁਝ ਹੋਣਾ ਹੈ, ਸਾਰਾ ਕੁਝ ਆ। ਬਿਲਕੁਲ ਬਿਲਕੁਲ। ਤੇ ਮਾਤਾ ਜੀ, ਮੈਂ ਇੱਕ ਮੇਰੇ ਮਨ ਚ ਸਵਾਲ ਸੀਗਾ, ਜਿਹੜਾ ਹਲਵਾਈ ਹੁੰਦਾ ਨਾ, ਉਹ ਜਦੋਂ ਖਾਣਾ ਜਿਹੜਾ ਉਹ ਬਣਾਉਂਦਾ, ਉਹਦੀ ਉਹ ਜਿਹੜੀ ਬਣਾਉਣ ਦਾ ਤਰੀਕਾ ਆ, ਉਹ ਦੱਸਦਾ ਨੀ, ਉਹਨੂੰ ਡਰ ਹੁੰਦਾ ਕਿ ਦੂਜਾ ਹਲਵਾਈ ਆ ਕੇ ਖੜਾ ਨਾ ਹੋ ਜਾਵੇ, ਮੇਰਾ ਕੰਮ ਖੜ ਜਾਵੇ। ਬਿਲਕੁਲ, ਏਦਾਂ ਦਾ ਕਦੇ ਨੀ ਹੁੰਦਾ? ਨਾ, ਆਪਾਂ ਨੂੰ ਨੀ। ਮੈਂ ਤਾਂ ਐ ਵੀ ਉਹ ਵਿਚਾਰੀਆਂ ਸਿੱਖਣ, ਸਿੱਖ ਕੇ ਘਰੇ ਜਾ ਕੇ ਚਲਾਉਣਗੀਆਂ, ਜੇ 2 ਪੈਸੇ ਜੇਬ ਚ ਜਦੋਂ ਪੈ ਗਏ ਆਖਣਗੇ ਨੀ ਛਾਵਾ ਚ ਬੇਬੇ ਨੇ ਸਿਖਾਇਆ ਸੀ। ਬਿਲਕੁਲ ਬਿਲਕੁਲ। ਕਿੱਥੇ ਗੱਲ ਜਾਂਦੀ ਹੈ, ਆਪਾਂ ਨੂੰ ਪੈਸੇ ਪੂਸੇ ਦੀ ਕਾਈ ਨੀ, ਇੰਨਾ ਕੋਈ ਨੀ। ਜਿਹੜੀ ਤਰੱਕੀ ਹੈ ਨਾ, ਹਾਂਜੀ ਹਾਂਜੀ, ਇਹ ਬਹੁਤ ਔਖੀ ਬਣਾਉਣੀ। ਬਿਲਕੁਲ, ਜਿਹੜੀ ਦੂਰ ਦੂਰ ਤਾਈਂ ਆਪਣੀ ਗੱਲ ਜਾਣੀ ਨਾ। ਹਾਂਜੀ ਹਾਂਜੀ। ਇਹ ਬਹੁਤ, ਇਹ ਆਖੇ ਨੇਕੀ ਨੂੰ ਰੋਣਗੇ, ਧੰਦਿਆਂ ਨੂੰ ਰੋਣਗੇ, ਮਾਪੇ ਤੇ ਨੇਕੀ ਨੂੰ ਜਾਗ ਰਹੂਗਾ। ਬਿਲਕੁਲ ਬਿਲਕੁਲ, ਸਹੀ ਗੱਲ, ਸਹੀ ਹੈ ਨਾ? ਹਾਂਜੀ ਹਾਂਜੀ। ਹਾਂ, ਇਹ ਜ਼ਰੂਰੀ ਚਾਹੀਦੀ ਹੈ। ਹਾਂਜੀ, ਬੰਦੇ ਨੂੰ ਆਪਣਾ ਜਿਹੜਾ ਕੰਮ ਕਰਨਾ ਚਾਹੀਦਾ, ਨੇਕੀ ਕਰਨੀ ਚਾਹੀਦੀ ਹੈ, ਬਾਕੀ ਜਿਹੜੀ ਚੀਜ਼ ਆ ਉਹ ਮਾਲਕ ਤੇ ਛੱਡਣੀ ਚਾਹੀਦੀ ਆ। ਤੇ ਆਪਾਂ ਅੱਗੇ ਦੀ ਗੱਲ ਕਰਦੇ ਆ, ਹੁਣ ਇਸ ਤੋਂ ਬਾਅਦਾਂ ਜੇ ਆਪਣਾ ਇਸ ਟਾਈਮ 25 ਤੁਸੀਂ ਕਿਹਾ ਵੀ ਉੱਪਰ ਲਾਉਣੇ, ਇਹਦੋਂ ਬਾਅਦ ਦਿਮਾਗ ਵਿੱਚ ਕੀ ਆ ਵੀ ਕਿੱਥੋਂ ਤੱਕ ਕੰਮ ਜਾਣਾ ਚਾਹੀਦਾ? ਅਸੀਂ ਬਹੁਤ ਜ਼ਿਆਦਾ ਜਾਣਾ ਚਾਹੀਦਾ ਜੀ ਅੱਗੇ। ਠੀਕ ਹੈ ਠੀਕ ਹੈ। ਵੀ ਵੱਧ ਤੋਂ ਵੱਧ ਜਿਹੜੀ ਆਪਣੇ ਪੁਰਾਣੇ ਜਿਹੜਾ ਟਾਈਮ ਦੀਆਂ ਜਿਹੜੀ ਚੀਜ਼ਾਂ ਨੇ ਉਹ ਲੋਕਾਂ ਨੂੰ ਅੱਗੇ ਆਉਣ। ਹਾਂ ਵੀ ਅੱਗੇ ਆਉਣ, ਇਸ ਗੱਲ 'ਚ ਤਾਂ ਮੈਨੂੰ ਬੜਾ ਹੌਸਲਾ ਹੈ ਵੀ ਅੱਗੇ ਆਉਣ। ਹਾਂਜੀ ਹਾਂਜੀ। ਕੁੜੀਆਂ ਆਉਂਦੀਆਂ ਸਾਡੇ ਕੋਲੇ ਹੁਣ BA ਕੀਤੀਆਂ, 3-4 ਕੁੜੀਆਂ ਆਈਆਂ BA ਕੀਤੀ, ਉਹਨਾਂ ਨੂੰ ਮੈਂ ਸਾਰਾ ਦੱਸਿਆ ਕੀਤਾ, ਫਿਰ ਉਹਨਾਂ ਨੂੰ ਇਹਨਾਂ ਨੇ ਉਹ ਬਣਾ ਕੇ ਦਿੱਤਾ, ਸਰਟੀਫਿਕੇਟ ਬਣਾਉਂਦੇ ਨਾ। ਠੀਕ ਹੈ ਠੀਕ ਹੈ। ਵੀ ਮੈਨੂੰ ਕਹਿਣਾ ਜਾਂ ਨਹੀਂ ਆਉਂਦਾ ਇੰਨਾ ਨਾਲ ਪੜ ਕਰਕੇ। ਹਾਂਜੀ ਹਾਂਜੀ। ਫਿਰ ਉਹ ਬਣਾ ਕੇ ਦਿੱਤਾ ਸਰਟੀਫਿਕੇਟ। ਹਾਂਜੀ ਹਾਂਜੀ ਹਾਂ। ਭੈਣੇ, ਮੈਂ ਇੱਕ ਚੀਜ਼ ਦੇਖੀ ਹੈ, ਜਦੋਂ ਬੁੜੀਆਂ ਆਪਸ ਵਿੱਚ ਜਾਂਦੀਆਂ ਹਨਾ, ਇੱਕ ਤੁਸੀਂ ਕੰਮ ਕਰ ਰਹੇ ਹੋ, ਜਦੋਂ ਤੁਸੀਂ ਨਿਕਲਦੇ ਹੋ ਵਿਆਹਾਂ ਸ਼ਾਦੀਆਂ ਤੇ ਹੋਰ ਭੈਣਾਂ ਮਿਲਦੀਆਂ, ਠੀਕ ਹੈ, ਉਹਦੇ ਵਿੱਚ ਕੁਛ ਤਾਂ ਭੈਣਾਂ ਤੇ ਇਦਾਂ ਮਿਲਦੀਆਂ ਵੀ ਹਾਂ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਕੁਛ ਤੁਸੀਂ ਐ ਵੀ ਤੁਸੀਂ ਇੰਨਾ ਕੰਮ ਕਰ ਰਹੇ ਹੋ, ਤੇ ਕਿੱਦਾਂ ਕਿੱਦਾਂ ਦੇ ਤੁਹਾਨੂੰ ਮਿਲਦੇ ਆ ਜਿਹੜੇ, ਤੇ ਕਿੱਦਾਂ ਕਿੱਦਾਂ ਦੇ ਵਿਚਾਰ ਹੁੰਦੇ ਆ ਜਿਹੜੇ ਅੱਗੇ ਤੁਹਾਨੂੰ ਮਿਲਣ ਵਾਲੇ ਹੁੰਦੇ ਆ? ਜਿਹੜੇ ਤਾਂ
ਕੰਮ ਕਰਦੇ ਆ ਉਹ ਤਾਂ ਕਹਿੰਦੇ ਆ ਤੁਸੀਂ ਕੰਮ ਬਹੁਤ ਵਧੀਆ ਕਰਦੇ ਹੋ, ਠੀਕ ਹੈ। ਜਿਹੜੇ ਅੱਜ ਕੱਲ ਦੀ ਨਿਊ ਜਨਰੇਸ਼ਨ ਐਵੇਂ ਦੀ ਆ ਵੀ ਮੋਬਾਈਲਾਂ ਤੇ ਲੱਗੀ ਰਹਿੰਦੀ ਆ, ਜ਼ਿਆਦਾਤਰ ਔਰਤਾਂ ਕੀ ਕਰਦੀਆਂ ਬੰਦੇ ਬਾਹਰ ਕੰਮ ਤੇ ਚਲੇ ਜਾਂਦੇ ਆਪ ਸਾਰੇ ਜਿਹੜੀ ਮੋਬਾਈਲਾਂ ਤੇ ਲੱਗੀ ਰਹਿੰਦੀ ਆ, ਬਿਲਕੁਲ ਬਿਲਕੁਲ। ਤੇ ਉਹ ਕਹਿਣੀਆਂ ਵੀ ਵਿਹਲੇ ਰਹਿਣ ਚ ਫਾਇਦਾ ਕੰਮ ਕਰਨ ਦਾ, ਵੀ ਉਹਨਾਂ ਨੇ ਜੋ ਆਪ ਕਰਨਾ ਉਹੀ ਚੀਜ਼ ਉਹਨਾਂ ਨੇ ਕਹਿਣਾ ਵੀ ਇਹ ਵੀ ਕਰਨਾ, ਬਿਲਕੁਲ ਬਿਲਕੁਲ, ਠੀਕ ਹੈ ਠੀਕ ਹੈ। ਤੇ ਜਿਹੜੀ ਇੱਕ ਹੁੰਦੀ ਨਾ ਬੰਦੇ ਨੂੰ, ਜਿਵੇਂ ਪਹਿਲਾਂ ਮੈਂ ਗੱਲ ਕੀਤੀ ਖੁਸ਼ੀ ਦੀ ਗੱਲ ਹੁੰਦੀ ਆ, ਇੱਕ ਅੱਜ ਤੁਸੀਂ ਕੰਮ ਕਰਦੇ ਹੋ, ਇੱਕ ਜਦੋਂ ਬੰਦਾ ਆਪਦੇ ਹੱਥੀਂ ਕੰਮ ਕਰਦਾ ਇੱਕ ਅਲੱਗ ਫੀਲਿੰਗ ਹੁੰਦੀ ਬੰਦੇ ਨੂੰ, ਖੁਸ਼ੀ ਹੁੰਦੀ ਆ ਆਪਣੇ ਡ੍ਰੀਮਸ ਨੂੰ ਲੈ ਕੇ, ਜਦੋਂ ਡ੍ਰੀਮਸ ਬੰਦੇ ਦੇ ਅੱਗੇ ਆਉਂਦੇ ਉਹ ਜਿਹੜੀ ਖੁਸ਼ੀ ਨੂੰ ਸਾਂਝੀ ਕਰਨਾ ਚਾਹੋ ਆਪਣੇ ਕੈਮਰੇ ਦੇ ਮੂਹਰੇ, ਤੇ ਆਪਣੇ ਇਹਨਾਂ ਦੀ ਜੇ ਆਪਾਂ ਤੁਹਾਨੂੰ ਇੱਕ ਮਤਲਬ ਕਿ ਚੰਗੀ ਹਨਾ ਮਾਂ ਦੇ ਬਰਾਬਰ ਜਿਨ੍ਹਾਂ ਨੇ ਤੁਹਾਨੂੰ ਪਿਆਰ ਦਿੱਤਾ ਇਹਨਾਂ ਦੀ ਫੀਲਿੰਗ ਜੇ ਸਾਂਝੀ ਕਰਨਾ ਚਾਹੋ ਕੈਮਰੇ ਤੇ। ਹਾਂਜੀ ਮੈਨੂੰ ਦੱਸੋ ਜੀ ਨਾ, ਮੇਰੀ ਧੀ ਦਾ ਘੱਟ ਆਉਂਦਾ, ਠੀਕ ਆ, ਜਿੰਨਾ ਚਿਰ ਮੈਂ ਆਪਦੇ ਨੋਹਾਂ ਨੂੰ ਢਿੱਡ ਦੇ ਨਾਲ ਨਾ ਲਾਵਾਂ ਨਾ, ਠੀਕ ਆ, ਚਿਰ ਮੈਨੂੰ ਟੇਕ ਨਹੀਂ ਆਉਂਦੀ, ਮੈਂ ਦਿਨ ਮੇਰਾ ਧੀ ਆਈਆਂ ਇਹ ਪੁੱਟ ਕੇ ਇਹਨਾਂ ਨੂੰ ਨਾਲ ਲਾ ਲੈਂਦੀ, ਠੀਕ ਆ ਠੀਕ ਆ, ਇਹੀ ਪਿਆਰ ਆ ਤਿੰਨੇ। ਹਾਂਜੀ ਠੀਕ ਆ ਠੀਕ ਆ। ਤੇ ਤੁਹਾਡੀ ਜੇ ਫੀਲਿੰਗ ਦੀ ਗੱਲ ਕਰੀਏ, ਸਾਡੀ ਫੈਮਿਲੀ ਮਤਲਬ ਕਿ ਜਿਵੇਂ ਪਹਿਲਾਂ ਛੱਡ ਕੇ ਆਂਦਾ ਸਾਨੂੰ ਕੋਈ ਔਖਾ ਨਹੀਂ ਲੱਗਾ, ਗਾਂ ਵੀ ਮਾਵਾਂ ਵਰਗੀ ਸੱਸ ਮਿਲ ਗਈ, ਠੀਕ ਆ, ਜਿਵੇਂ ਇੱਕ ਕਹਿੰਦੇ ਲੜਦੀਆਂ ਰਹਿੰਦੀਆਂ ਨੇ ਅਸਾਂ ਕਦੇ ਲੜੀ, ਬਿਲਕੁਲ। ਮੈਂ ਨਾ ਉਹੀ ਮੈਂ ਸਵਾਲ ਵੀ ਇਹ ਮਾਤਾ ਨੂੰ ਪੁੱਛਣਾ ਵੀ ਸੀਗਾ ਵੀ ਇਹ ਇੱਕ ਚੀਜ਼ ਬਹੁਤ ਆ ਜਦੋਂ ਨਾ ਜਦੋਂ ਹੋ ਜਾਂਦਾ, ਜਦੋਂ ਇੱਕ ਡਰ ਰਹਿੰਦਾ ਮਨ ਦੇ ਵਿੱਚ, ਮਾਂ ਨੂੰ ਸਭ ਤੋਂ ਵੱਡਾ ਡਰ ਹੁੰਦਾ ਵੀ ਜਦੋਂ ਮੇਰੇ ਪੁੱਤ ਵਿਆਹੇ ਜਾਣਗੇ ਕਿਤੇ ਮੇਰਾ ਘਰ ਨਾ ਟੁੱਟ ਜੇ, ਘਰ ਮੇਰਾ ਹਨਾ, ਜਿਹਦੇ ਕਰਕੇ ਘਰ ਟੁੱਟਦੇ ਆ ਸਭ ਤੋਂ ਜ਼ਿਆਦਾ, ਉਹ ਕਾਰਨ ਕੀ ਬਣਦਾ ਤੁਹਾਡੇ ਸਭ? ਐਂ ਆ ਜੀ, ਜੇ ਕਿਸੇ ਦੇ ਮਗਰ ਲੱਗਣ ਲੱਗ ਜੇ ਬੰਦਾ ਬਸ ਘਰ ਗਿਆ, ਠੀਕ ਹੈ। ਹਾਂਜੀ, ਜੇ ਕਿਸੇ ਦੇ ਮਗਰ ਨਹੀਂ ਲੱਗਿਆ ਆਪਦਾ ਦਿਲ ਲੈ ਕੇ ਕੰਮ ਕੀਤਾ ਘਰੇ, ਅਗਲੇ ਨੂੰ ਜੇ ਮਗਰ ਜੇ ਅਗਲਾ ਕੋਈ ਕਹੂਗਾ ਵੀ ਅਗਲੇ ਨੂੰ ਕਦੇ ਹਾਂਜੀ ਕਰਾਂਗੇ ਤੇ ਕਰੋ, ਆਪਦੀ ਮਰਜ਼ੀ ਕਰੇ, ਮਰਜ਼ੀ ਨਾਲ ਕੰਮ ਕਰੋ ਆਪਦੇ, ਬਿਲਕੁਲ। ਹਾਂਜੀ, ਮਤਲਬ ਕੰਨ ਖੁੱਲੇ ਰੱਖੋ ਪਰ ਦਿਮਾਗ ਵੀ ਖੁੱਲਾ ਰੱਖੋ, ਦਿਮਾਗ ਖੁੱਲਾ ਰੱਖੋ, ਬਸ ਠੀਕ ਹੈ, ਬਿਲਕੁਲ ਜੀ ਬਿਲਕੁਲ। ਹਾਂਜੀ ਐਵੇਂ ਹੀ ਸੀ ਜੀ, ਫੇਰ ਹੀ ਆਪਣਾ ਨਿਭਾ ਹੋਇਆ ਹੁਣ ਤਾਂ ਹੀ, ਬਿਲਕੁਲ। ਹਾਂ ਵੀ ਬਾਹਰੋਂ ਹਾਂ ਠੀਕ ਹੈ, ਅਗਲੇ ਦਾ ਮਨ ਖੁਸ਼ ਰਵੇ, ਸੁਣੋ ਸਾਰਿਆਂ ਦੀ, ਹਾਂ ਸੁਣੋ ਸਾਰਿਆਂ ਦੀ, ਕਰੋ ਆਪ ਕਿਆ ਕਰੋ ਆਪਦੀ ਮਰਜ਼ੀ, ਜਿਹੜਾ ਮਤਲਬ ਕਿ ਪਹਿਲੇ ਟਾਈਮ ਚ ਚਲੋ ਇੱਕ ਨਰਮੇ ਚੋਂ ਹਨਾ ਕੱਚਾ ਮਟੀਰੀਅਲ ਚੋਂ ਨਰਮੇ ਚੋਂ ਆਉਣਾ, ਅੱਜ ਦੇ ਟਾਈਮ ਦੇ ਵਿੱਚ ਕਿੱਦਾਂ ਇਹ ਜੀ? ਫਿਰ ਜਦੋਂ ਖਤਮ ਹੋ ਗਿਆ ਇਹ, ਹਾਂਜੀ, ਫੇਰ ਮੈਂ ਆਹ ਪੱਲਣ ਵਾਲਾ ਸੂਤ ਲਿਆਉਣ ਲੱਗ ਪਈ, ਠੀਕ ਹੈ, ਇਹ ਡੇਢ ਡੇਢ ਕੇ ਜਦੋਂ ਬਣਾਉਣ ਲੱਗ ਪਈ ਤੇ ਫੇਰ ਮੈਂ ਹੌਲੀ ਹੌਲੀ ਪੜਤਾਲ ਕੀਤੀ, ਠੀਕ ਹੈ, ਮੈਂ ਆਖਾਂ ਵੀ ਮੈਨੂੰ ਕਿਤੋਂ ਕੁੜਾ ਮਿਲੇ ਰੂੰ ਦਾ ਤੇ ਫੇਰ ਗੱਲ ਬਣਦੀ ਹੈ, ਠੀਕ ਹੈ, ਫੇਰ ਮੈਨੂੰ ਦੱਸ ਭਾਈ ਪਾਣੀਪਤ ਦੀ, ਠੀਕ ਹੈ, ਫੇਰ ਅਸੀਂ ਪਾਣੀਪਤ ਜਾ ਕੇ ਉੱਥੇ ਦੋ ਦੋ ਕੁਇੰਟਲ ਇਕੱਠਾ ਹੀ ਬੁੱਕ ਕਰਾ ਆਉਂਦੇ ਸੀ, ਆ ਕੇ ਜਿੱਥੋਂ ਲੈ ਜਾਂਦਾ ਸੀ ਇੱਥੋਂ ਚੱਕ ਲੈਂਦੇ ਸੀ, ਵੀ ਬਹੁਤ ਮਿਹਨਤ ਕੀਤੀ ਆ ਵੀ ਐ ਨਹੀਂ ਵੀ ਬਣ ਗਿਆ, ਹਾਂ, ਵੀ ਦੂਰ ਦੂਰ ਤੱਕ ਜਾ ਕੇ ਹਨਾ ਪਾਣੀਪਤ ਤੱਕ ਜਾ ਕੇ ਦੇਖਿਆ ਫਿਰ ਉੱਥੋਂ ਮੰਗਾਇਆ, ਫੇਰ ਅਸੀਂ ਲੁਧਿਆਣੋਂ ਦੋਵੇਂ ਜਣੇ ਜਾਂਦੇ ਰਹੇ ਇੱਥੋਂ 5 ਵਜੇ ਜਵਾਕਾਂ ਨੂੰ ਰੋਟੀ ਪਾਣੀ ਖਵਾ ਪਿਆ ਕੇ ਚੜ ਜਾਣਾ, ਉਧਰੋਂ 1:30 ਵਜੇ ਬੱਸ ਫੇਰ ਆਉਂਦੀ ਹੈ ਲੁਧਿਆਣੋਂ, ਉਹਦੇ ਤੇ ਦੋ ਦੋ ਕੁਇੰਟਲ ਸੂਤ ਮਗਰ ਧਰ ਦੇਣਾ, ਉਸ ਡਿੱਗੀ ਤੇ ਮੂਹਰੇ ਧਰ ਲੈਣਾ, ਫੇਰ ਉੱਥੋਂ ਲਿਆਉਣਾ ਲੁਧਿਆਣੇ, ਠੀਕ ਹੈ, ਹਾਂਜੀ, ਫਿਰ ਲੁਧਿਆਣੇ ਵੀ ਲਿਆਉਂਦੇ ਨੇ, ਹਾਂ ਲੁਧਿਆਣੇ ਵੀ ਲਿਆਉਂਦੇ ਨੇ, ਜਗਰਾਵਾਂ ਤੋਂ ਵੀ ਲਿਆਉਂਦੇ ਰਹੇ ਆ, ਠੀਕ ਹੈ ਠੀਕ ਹੈ, ਹਾਂਜੀ, ਸੂ ਤਾਂ ਮੇਰੀ ਜਿੱਥੇ 10 ਪੈਂਦੀ ਸੀ ਅੰਮ੍ਰਿਤਸਰੋਂ ਬਹੁਤ ਲਿਆਂਦਾ ਜੀ ਮੈਂ, ਠੀਕ ਹੈ ਠੀਕ ਹੈ, ਹਾਂ ਨਲਕੇ ਵਾਲਾ ਬਾਜ਼ਾਰ ਵੱਜਦਾ, ਅੱਛਾ ਅੰਮ੍ਰਿਤਸਰ, ਉੱਥੋਂ ਵੀ ਬਹੁਤ ਲਿਆਂਦਾ, ਠੀਕ ਹੈ, ਮਤਲਬ ਸ਼ੁਰੂਆਤ ਵਿੱਚ ਜਿਹੜਾ ਹੋਈ ਦਿੱਕਤ ਆਈ ਆ ਵੀ ਪਤਾ ਨਹੀਂ ਸੀ ਵੀ ਕਿੱਥੋਂ ਆਉਣਾ ਸਮਾਨ ਕਿੱਥੋਂ ਨਹੀਂ ਆਉਣਾ, ਬਾਅਦ ਵਿੱਚ ਹੌਲੀ ਹੌਲੀ ਜਿਵੇਂ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਹੁਣ ਲੋਕ ਨਰਮੇ ਕਪਾਹਾਂ ਬੀਜਣੋਂ ਹਟ ਗਏ, ਹਾਂਜੀ, ਉਦੋਂ ਮੈਂ ਜਿਹੜੇ ਹੁਣ ਵੀ ਆਹ ਦੁਕਾਨਾਂ ਹੈ ਉਹਨਾਂ ਤੇ ਵੀ ਲੋਕ ਪਟਾ ਲਿਆਉਂਦੇ ਆ ਦਿੰਦੇ ਪੀ ਪਿਆ ਘਰੇ ਸੂਤ ਪੁਰਾਣਾ, ਹੁਣ ਇੱਥੇ ਮੇਰੇ ਕੋਲੇ ਬਹੁਤ ਆਉਂਦੇ ਆ, ਸਾਡੇ ਕੋਲੇ 1 ਰੁਪਿਆ 2 ਕਿਲੋ ਪਿਆ 5 ਕਿਲੋ ਪਿਆ ਲੈ ਲਾ, ਮੈਨੂੰ ਪਤਾ ਲੱਗ ਗਿਆ ਹੁਣ ਇਹ ਕੰਮ ਬੰਦ ਹੁੰਦਾ ਜਾਂਦਾ ਤੇ ਮੈਂ ਲਿਆ ਲਿਆ ਕੇ ਘਰੇ 6-7 ਕੁਇੰਟਲ ਸੂਤ ਜੋੜ ਕੇ ਰੱਖ ਲਿਆ, ਮੈਂ ਮੇਰੇ ਕੰਮ ਆਊਗਾ,
ਠੀਕ ਠੀਕ ਪਹਿਲਾਂ ਹੀ ਰੱਖ ਲਿਆ, ਪਹਿਲਾਂ ਹੀ ਰੱਖ ਲਿਆ ਰੱਖਿਆ ਵਾ, ਮੈਂ ਕਿਹਾ ਬੰਦ ਹੋ ਗਿਆ। ਹੁਣ ਮੈਂ ਆਪਦੇ ਘਰ ਵਾਲਿਆਂ ਨੂੰ ਆਣੀ, ਸਾਡੇ ਕੋਲ 3 ਕਣਾਂ ਵਾਲਾ ਜ਼ਮੀਨ ਹੈ, ਠੀਕ ਹੈ ਵੀ ਆਪਾਂ ਹੁਣ ਗਾਂ ਨੂੰ ਕਪਾਹ ਬੀਜਣੀ ਹੈ, ਠੀਕ ਹੈ ਠੀਕ ਵੀ ਇਹ ਖਤਮ ਹੁੰਦਾ ਜਾਂਦਾ ਕੰਮ ਵੀ ਆਪਾਂ ਆਪਦਾ ਜਿਹੜਾ ਬਣਾਈਏ, ਵੀ ਆਪਾਂ ਆਪਦੀ ਕਪਾਹ ਬੀਜ ਕੇ ਆਪਦਾ ਸੂਤ ਬਣਾਈਏ। ਚੁਗਣ ਵੀ ਮੈਂ ਜੀ 60-60 ਕਿਲੋ ਨਰਮਾ ਚੁਗਦੀ ਰਹੀ, ਮੈਨੂੰ ਬਹੁਤ ਸ਼ੌਂਕ ਸੀ ਪਹਿਲਾਂ, ਵੀ ਮਾਂ ਆਪ ਵੀ ਬਣਾ ਲੈਂਦੀ ਸੀ ਮੋਟਾ ਮੋਟਾ ਨਰਮਾ ਚੁਗਣਾ, ਹਾਂਜੀ ਹਾਂਜੀ, ਚੁੱਕ ਕੇ ਉਹ ਤੇ ਉਹਦਾ ਬੀ ਬਣਾ ਲੈਣਾ, ਹਾਂਜੀ, ਬੀਜਣ ਵੇਲੇ ਉਹਨੂੰ ਸਾਫ਼ ਕਰਕੇ ਫਿਰ ਰਾਤ ਨੂੰ ਭਿਉਂ ਕੇ ਤੜਕੇ ਸੋਹਾ ਚ ਮਲ ਲੈਣਾ ਚੰਗੀ ਤਰ੍ਹਾਂ। ਹੁਣ ਕੋਈ ਉਵੇਂ ਬੀਜਦਾ ਨੀ, ਬਿਲਕੁਲ ਬਿਲਕੁਲ, ਹੁਣ ਤਾਂ ਬਸ ਬਣਾ ਲੈਂਦੇ ਆ ਨਰਮਾ ਨੇੜੇ ਸਿੱਟ ਕੇ ਉਹਦਾ ਬੀ ਬਣਾ ਲੈਂਦੇ ਆ, ਹਾਂਜੀ, ਬੀ ਬਣਾ ਕੇ ਬਸ ਉਹ ਮਸ਼ੀਨਾਂ ਚ ਕਰ ਦਿੰਦੇ ਆ, ਉਹ ਗੱਲ ਨੀ ਨਾ ਬਣਦੀ, ਜਿਵੇਂ ਅੱਗੇ ਸੋਧ ਕੇ ਨਰਮਾ ਉਹਨੂੰ ਮਸਲਣਾ ਚੰਗੀ ਤਰ੍ਹਾਂ, ਬਿਲਕੁਲ ਬਿਲਕੁਲ, ਸੋਹਾ ਦੇ ਵਿੱਚ ਚੰਗੀ ਤਰ੍ਹਾਂ ਮਸਲ ਕੇ ਫੇਰ ਉਹਨੂੰ ਬੀਜਣਾ, ਹੋਵੇ ਕਿਵੇਂ ਨਾ ਨਰਮਾ ਬਿਲਕੁਲ ਹੋਊਗਾ ਜੇ ਅਗਲਾ ਤਰੀਕੇ ਨਾਲ ਬੀਜੂਗਾ। ਮੈਂ ਰੰਗ ਦੀ ਗੱਲ ਕਰਦਾ, ਜਿਹੜਾ ਪਹਿਲੇ ਅੱਜ ਦਾ ਚਲੋ ਬਣੇ ਬਣਾਤੇ ਰੰਗ ਆਉਂਦੇ ਆ, ਹਾਂ ਹੁਣ ਤਾਂ ਪੱਕੇ ਆਉਣ ਲੱਗੇ, ਪੱਕੇ ਰੰਗ ਆਉਂਦੇ, ਪਹਿਲੇ ਟਾਈਮਾਂ ਦੀ ਗੱਲ ਕਰੀਏ, ਪਹਿਲਾਂ ਟਾਈਮ ਅਸੀਂ ਨਾ ਸੱਕ ਪਿਉਂ ਲੈਂਦੇ ਸੀ ਇੱਕਰ ਦਾ, ਠੀਕ ਹੈ, ਤੋਂ ਇੱਕ ਰਾਤ ਤੇ ਦਿਨ ਪਿਉਂ ਦਿੰਦੇ, ਅਗਲੇ ਦਿਨ ਉਹਨੂੰ ਵਾਲਾ ਦੇ ਕੇ, ਠੀਕ ਹੈ, ਤੇ ਸੂਤ ਨੂੰ ਲਾ ਲੈਂਦੇ, ਖਾਕੀ ਰੰਗ ਬਣ ਜਾਂਦਾ, ਇੰਨੀ ਮਿਹਨਤ ਨਾਲ ਰੰਗ ਬਣਦਾ ਸੀਗਾ, ਹਾਂ, ਤੇ ਜਿਹੜਾ ਫੁੱਲ ਸੀ ਇਹਨਾਂ ਨੂੰ ਪਿਉਂ ਕੇ ਰੱਖ ਦੇਣਾ, ਇਹ ਫਿੱਕਾ ਜਿਹਾ ਸਰੋਂ ਫੁੱਲਾ ਜਿਹਾ ਰੰਗ ਬਣ ਜਾਂਦਾ, ਠੀਕ ਠੀਕ ਹੈ, ਹਾਂ, ਅੱਗੇ ਮਿਹਨਤ ਹੀ ਨਹੀਂ ਕਰਦੇ, ਮਤਲਬ ਅੱਡ ਅੱਡ ਜਿਵੇਂ ਚੀਜ਼ਾਂ ਹੋ ਗਈਆਂ, ਜਿਵੇਂ ਤੁਸੀਂ ਆਫ ਕੈਮਰਾ ਦੱਸਿਆ ਸੀ ਗੁਲਾਬ, ਗੁਲਾਬ ਨੂੰ ਜੇ ਗੁਲਾਬੀ ਰੰਗ ਚਾਹੀਦਾ, ਹਾਂ, ਉਹ ਪਿਉਂ ਕੇ ਰੱਖ ਲਈਏ, ਉਹ ਪਿਉਂ ਕੇ ਰੱਖ ਲਈਏ, ਰੰਗ ਚੜ ਜਾਂਦੇ, ਮਤਲਬ ਮਿਹਨਤ ਦਾ ਕੰਮ ਸੀ, ਮਿਹਨਤ ਦਾ ਕੰਮ ਸੀ, ਹਾਂਜੀ। ਤੇ ਜੇ ਕੱਪੜੇ ਦੀ ਗੱਲ ਕਰੀਏ, ਕਿਹੜੀ ਕਿਹੜੀ ਜਿਹੜੀ ਚੀਜ਼ ਤੁਸੀਂ ਤੌਲੀਆ ਮਫਲਰ ਕਿਹੜੀ ਕਿਹੜੀ ਚੀਜ਼ ਜਿਹੜੀ ਬਣਾਉਂਦੇ ਆ ਤੁਸੀਂ? ਅਸੀਂ ਜੀ ਖੇਸ ਵੀ ਬਣਾਉਣੇ ਆ, ਠੀਕ ਹੈ, ਤੌਲਗੇ ਵੀ ਬਣਾਉਣੇ ਆ, ਠੀਕ ਹੈ, ਮਫਲਰ ਵੀ ਬਣਾਉਣੇ ਆ, ਠੀਕ ਹੈ, ਤੇ ਆ ਛੋਟੇ ਤੌਲਗੇ ਛੋਟੇ ਵੀ ਬਣਾਉਣੇ ਆ, ਠੀਕ ਹੈ, ਚਾਦਰਾਂ ਵੀ ਬਣਾਉਣੇ, ਗਜ਼ਾਈਲੇ ਵੀ ਬਣਾਉਣੇ ਆ, ਠੀਕ ਹੈ ਠੀਕ ਹੈ, ਹਾਂ, ਇਹ ਅਸੀਂ ਸਾਰੇ ਆਈਟਮ ਵੀ ਬਣਾਉਣੇ ਆ ਜੀ। ਆਪਣਾ ਕੱਪੜਾ ਵੀ ਮੈਂ ਤੁਹਾਡਾ ਵੇਖਿਆ ਸੀ, ਇੱਕ ਜਿਹੜੇ ਖੱਦਰ ਦਾ ਜਿਹੜੇ ਕੁੜਤੇ ਪਜਾਮੇ ਆ, ਇਹ ਵੀ ਹੁਣ ਤੁਸੀਂ ਬਣਾਉਂਦੇ ਆ, ਇਹ ਵੀ ਉੱਥੇ ਆਮ ਸਕਾਉਣੀ, ਇਹ ਵੀ ਬਣਾਉਣੇ ਆ ਜੀ, ਠੀਕ ਹੈ ਠੀਕ ਹੈ, ਮਤਲਬ ਸਾਰਾ A to Z ਜਿਹੜਾ ਪੁਰਾਣੇ ਟਾਈਮ ਦੇ ਵਿੱਚ ਬਣਾਉਂਦੇ ਸੀ, ਉਹ ਸਾਰਾ ਕੱਪੜਾ ਤੁਸੀਂ ਬਣਾਉਂਦੇ ਆ, ਕਿ ਉਹ ਪੰਜਾਂ ਵਾਲੇ ਖੇਸ, ਬਿਸਕੁਟਾਂ ਵਾਲੇ ਖੇਸ, ਸਾਰੇ ਤਰ੍ਹਾਂ ਦੇ ਨਮੂਨੇ ਪਾ ਲੈਂਦੇ ਨੇ, ਠੀਕ ਹੈ ਠੀਕ ਹੈ, ਹਾਂ, ਇਹਦਾ ਕੋਈ ਜਿਵੇਂ ਮੰਨ ਲਓ ਵੀ ਜੇ ਕਿਸੇ ਨੇ ਡਿਮਾਂਡ ਤੇ ਬਣਾਉਣਾ ਹੋਵੇ ਕੋਈ ਚੀਜ਼, ਵੀ ਮੈਨੂੰ ਐਦਾਂ ਦੀ ਚੀਜ਼ ਚਾਹੀਦੀ ਆ, ਮੈਨੂੰ ਐਦਾਂ ਦੀ ਬੂਟੀ ਚਾਹੀਦੀ ਆ, ਜਾਂ ਕੁਛ ਵੀ ਐਦਾਂ ਦੀ ਡਿਮਾਂਡਾਂ ਆਉਂਦੀਆਂ, ਹਾਂਜੀ, ਹਾਂ, ਬਣਾ ਕੇ ਦਿੰਨੇ ਆ ਜੀ, ਠੀਕ ਹੈ, ਫਿਰ ਉਸ ਹਿਸਾਬ ਨਾਲ ਹੀ ਬਣਾ ਦਿੰਨੇ ਆ, ਮੰਨ ਲਓ ਕਿਸੇ ਬਾਹਰੋਂ ਲੋੜ ਆ ਜਾਂ ਕੁਛ ਵੀ ਆ ਤੁਹਾਡੇ ਨਾਲ ਕੰਟੈਕਟ ਕਰ ਲਵੇ, ਹਾਂ ਹਾਂ, ਤੇ ਤੁਸੀਂ ਉਦਾਂ ਦੀ ਜਿਹੜੀ ਚੀਜ਼, ਹਾਂ, ਉਸ ਹਿਸਾਬ ਨੇ ਬਣਾ ਦਿੰਨੇ, ਜਿਹੜੇ ਸਾਨੂੰ ਰੰਗ ਦੱਸ ਦਿੰਦੇ ਨੇ ਵੀ ਸਾਨੂੰ ਆਹ ਰੰਗ ਪਾ ਦਿਓ, ਠੀਕ ਹੈ, ਆਹ ਚਾਹੀਦੇ ਆ, ਠੀਕ ਹੈ, ਤੇ ਉਵੇਂ ਬਣਾ ਦਈਦੇ ਆ। ਜਦੋਂ ਤੁਸੀਂ ਇੱਥੇ ਆਏ, ਜਦੋਂ ਵਿਆਹੇ ਆਏ, ਹਾਂਜੀ, ਜਿਹੜਾ ਪੁਰਾਣੇ ਟਾਈਮ ਦੇ ਵਿੱਚ ਇੱਕ ਜਿਹੜੀ ਸੀਗੀ ਵੱਡੀ ਸਮੱਸਿਆ, ਵੀ ਸਾਥ ਦੀ ਸਮੱਸਿਆ, ਵੀ ਸਾਥ ਨਹੀਂ ਮਿਲਦਾ ਸੀਗਾ ਪ੍ਰੋਪਰ, ਜਿਹੜਾ ਤੁਹਾਡਾ ਸ਼ੌਂਕ ਆ, ਅੱਜ ਦੇ ਟਾਈਮ ਬਦਲ ਗਿਆ, ਪਰ ਉਹ ਟਾਈਮ ਦੇ ਵਿੱਚ ਸਾਥ ਨਹੀਂ ਮਿਲਦਾ ਸੀ, ਉਹ ਟਾਈਮ ਦੇ ਤੁਹਾਡੇ ਸਾਥ ਦੀ ਗੱਲ ਕਰੀਏ। ਹਾਂਜੀ, ਉਹ ਪਹਿਲਾਂ ਮੇਰੀ ਸੱਸ ਵੀ ਕਰਦੀ ਸੀ ਕੰਮ ਜੀ, ਉਹ ਫਿਰ ਜਦੋਂ ਮੈਂ ਵਿਆਹੀ ਆਈ ਉਹਨੇ ਛੱਡਿਆ ਵਾ ਸੀ, ਫਿਰ ਆ ਕੇ ਮੈਂ ਚਾਲੂ ਕਰ ਲਿਆ, ਠੀਕ ਹੈ, ਹਾਂ, ਇਹ ਸੀ, ਮਤਲਬ ਤੁਹਾਨੂੰ ਕੋਈ ਦਿੱਕਤ ਨਹੀਂ ਹੋਈ? ਨਾ ਨਾ ਜੀ, ਦਿੱਕਤ ਨਹੀਂ, ਮੈਨੂੰ ਸਿਰਫ ਹੌਸਲਾ ਹੁੰਦਾ ਜੀ ਵੇਖ ਕੇ, ਜੇ ਕੋਈ ਕੰਮ ਕੋਈ ਵੀ ਕਰਦਾ ਕਿ ਮੈਨੂੰ ਸਾਡੇ ਆਂਢ ਗੁਆਂਢ ਦੇ ਵੀ ਕਹਿ ਦਿੰਦੇ ਆ, ਕਹਿੰਦੇ ਤੁਸੀਂ ਕਿਸੇ ਨੂੰ ਵੇਖ ਕੇ ਖੁਸ਼ ਹੋ ਜਾਂਦੀ ਹੈ। ਹਾਂਜੀ ਹਾਂਜੀ, ਹਾਂ, ਤੇ ਮੈਨੂੰ ਚਾਹ ਚੜ ਜਾਂਦਾ ਵੀ ਜਦੋਂ ਕੋਈ ਕੰਮ ਕਰਦਾ, ਠੀਕ ਹੈ, ਹਾਂ। ਤੇ ਆਪਾਂ ਲਾਸਟ ਦੇ ਵਿੱਚ ਗੱਲ ਕਰਦੇ ਆ, ਮਾਤਾ ਤੁਹਾਡੇ ਵੱਲੋਂ ਜਿਹੜੀਆਂ ਆਪਾਂ ਉਹਨਾਂ ਲੇਡੀਜ਼ ਨੂੰ ਜਿਹੜੀ ਹੱਥੀ ਕੰਮ ਕਰਕੇ ਨਹੀਂ ਖੁਸ਼, ਹਾਂਜੀ, ਉਹਨਾਂ ਨੂੰ ਕੁਝ ਕਹਿਣਾ ਚਾਹੋ? ਜੋ ਘਰੇ ਕੰਮ ਕਰ ਨਾ ਸਕਦੀ, ਆਪਾਂ ਆਣੇ ਆ, ਸਦੀ ਸਾਰੀਆਂ ਲੱਗਣ, ਤੇ ਜੇ ਨਾਲੇ ਤਾਂ ਸਰੀਰ ਵਧੀਆ ਰਹਿੰਦਾ, ਬਿਲਕੁਲ, ਤੇ ਗੋਲੀਆਂ ਨਹੀਂ ਲੈਂਦੀਆਂ ਪੈਂਦੀਆਂ, ਜੇ ਹੁਣ ਵਿਹਲੇ ਰਹਿੰਦੇ ਆ, ਸੋਚਣ ਚ ਪਏ ਰਹਿੰਦੇ, ਤੁਹਾਨੂੰ ਤਾਂ ਡਾਕਟਰਾਂ ਕੋਲੇ ਤੁਰੇ ਰਹੀਦਾ, ਬਿਲਕੁਲ ਬਿਲਕੁਲ, ਹਾਂ, ਤੇ ਉਹ ਡਾਕਟਰਾਂ ਕੋਲੇ ਆਪਾਂ ਘੱਟ ਵੀ ਨਹੀਂ ਕਰ ਸਕਦੇ ਜਾ ਕੇ, ਹਾਂਜੀ ਹਾਂਜੀ, ਵੈਸੇ ਘੱਟ ਲੈ ਲਓ, ਜੇ ਆਪਾਂ ਘਰੇ ਹੀ ਕੰਮ ਕਰ ਲਗੇ, ਹਾਂਜੀ, ਰੋਗ ਟੁੱਟਦੇ ਆ। ਮੇਰੀ ਹੁਣ 50-56 ਸਾਲ ਦੀ ਉਮਰ ਆ ਜੀ, ਠੀਕ ਆ, ਮੈਂ ਚੱਜਣਾ ਹਲੇ ਤਾਈ ਕੀ ਆਖਣਾ, ਕੋਈ ਕਿਤੇ ਵੀ ਗੋਲੀ ਲੈਣਾ, ਹਾਂਜੀ, ਜਦੋਂ ਮੇਰੀ ਰੱਤ ਬੰਦ ਹੋ ਕੇ ਆਪਾਂ ਖੱਡੀ ਦੇ ਵਿੱਚ, ਬਿਲਕੁਲ, ਉਹਦੇ ਹਟ ਜਾਂਦੇ ਆ,
ਬਿਲਕੁਲ ਬਿਲਕੁਲ ਹਾਂਜੀ, ਕਿਉਂ ਆਪਾਂ ਜਦੋਂ ਆਏ ਵੀ ਕੰਮ ਕਰਦੇ ਆ ਸਾਰਾ ਸਰੀਰ ਆਪਣਾ ਹਿਲਦਾ। ਹਾਂਜੀ ਹਾਂਜੀ, ਇਹ ਇੱਕ ਨਾ ਮਤਲਬ ਤੁਸੀਂ ਇਹ ਵੀ ਚੀਜ਼ ਦੇਖੀ ਹੋਣੀ ਹੈ ਵੀ ਜਿਹੜੀਆਂ ਜਿਹੜਾ ਲੇਡੀਜ਼ ਨਹੀਂ ਮਤਲਬ ਇੰਨਾ ਜ਼ਿਆਦਾ ਹੱਥੀ ਕੰਮ ਕਰਕੇ ਕੋਈ, ਜਾਂ ਅੱਜ ਦੇ ਦੌਰ ਦੀ ਗੱਲ ਕਰਦੇ ਆ ਵੀ ਫੋਨਾਂ ਦੇ, ਫੋਨ ਹੀ ਏਡਾ ਏਡੀ ਚੀਜ਼ ਬਣ ਗਈ ਹੈ ਫੋਨਾਂ ਦੇ ਜ਼ਰੀਏ ਵੀ ਮੰਨ ਲਓ ਵੀ ਲੜਾਈਆਂ ਪੜ੍ਹਾਈਆਂ ਵੀ, ਲੜਾਈਆਂ ਪੜ੍ਹਾਈਆਂ ਬਹੁਤ ਛੇਤੀ ਹੋ ਜਾਂਦੀਆਂ। ਮੰਨ ਲਓ ਇੱਧਰ ਕੋਈ ਗੱਲ ਹੋਈ ਨਾਲ ਦੀ ਨਾਲ ਦੂਜੇ ਪਾਸੇ ਗੱਲ ਕਰਦੇ। ਪੁਰਾਣਾ ਰਿਵਾਜ਼ ਸੀਗਾ ਫੋਨ ਹੈ ਨਹੀਂ ਸੀ, ਫੋਨ ਹੈ ਨਹੀਂ ਸੀ ਤੇ ਕੋਈ ਨਹੀਂ ਜੇ ਨੋ ਸੱਸ ਨੇ ਲੜ ਪੈਣਾ ਤੇ ਕੋਈ ਨਹੀਂ ਅੱਜ ਸਵੇਰ, ਅੱਜ ਸਵੇਰ ਦੱਸਾਂ ਦੇ ਉਹਨਾਂ ਨੂੰ ਸੁਨੇਹਾ ਉੱਪਰਦਾ ਸੀ ਅਗਲੇ। ਹਾਂਜੀ ਬਿਲਕੁਲ, ਉਹਨਾਂ ਨੂੰ ਘਰੇ ਗੱਲ ਠੰਡੀ ਪੈ ਜਾਂਦੀ ਸੀ। ਹਾਂਜੀ ਹਾਂਜੀ, ਹੁਣ ਜਦੋਂ ਲੜਾਈ ਹੁੰਦੀ ਤੇ ਫੋਨ ਉਹਦੀ ਜਾ ਵੜਦਾ ਤੇ ਅਗਲੇ ਲੜ ਦਿੰਦੇ ਆ ਖੜਦੇ, ਝੱਟ ਗੱਲ ਦੂਜੇ ਪਾਸੇ ਆਂਦੀ ਆ ਤਾਂ ਲੜਾਈ ਵੱਜ ਜਾਂਦੀ, ਉਹਦੇ ਆਦੇ ਤੇ ਚਲੋ ਤਲਾਕ ਦੇ ਦਗੇ। ਹਾਂਜੀ, ਤਲਾਕ ਤੇ ਵੀ ਕੰਮ ਛੇਤੀ ਉੱਪਰ ਜਾਂਦਾ ਹੈ, ਤੇਜ਼ ਹੋ ਗਿਆ ਜੀ ਪੈਂਦਾ। ਹਾਂਜੀ ਬਿਲਕੁਲ ਬਿਲਕੁਲ, ਹਾਂ ਤੇ ਨੇ ਅੱਗੇ ਵੇਲਾ ਧੀਆਂ ਉਹ ਹੀ ਸੀ, ਆਪ ਵੀ ਗੱਲ ਠੰਡੀ ਪਾ ਲੈਂਦੀਆਂ ਸੀ, ਕੋਈ ਗੱਲ ਨਹੀਂ ਵੀ ਆਪਣੇ ਮਾਪਿਆਂ ਦਾ ਹੀ ਸੇੜਿਆ ਵਾ ਸਾਰਾ ਕੁਝ, ਕੋਈ ਗੱਲ ਨਹੀਂ ਜੇ ਠੰਡੀ ਗੱਲ ਪੈ ਜੂ ਤਾਂ ਕੀ, ਆ ਮੇਰੀ ਨੂੰਹ ਆਪ ਹੀ ਹੈ। ਹਾਂਜੀ ਹਾਂ ਜੇ ਹੁਣ ਇਹਦੇ ਇਹਨੇ ਗੱਲ ਕਰਨੀ ਸੀ ਵੀ ਇੰਨੀ ਪੜ੍ਹੀ ਹੈ। ਹਾਂਜੀ ਬਿਲਕੁਲ, ਵੀ ਇਹਨੂੰ ਲਵਾਉਣਾ ਹੈ। ਹਾਂਜੀ, ਇਹ ਆਪਦੇ ਮਾਪਿਆਂ ਨੂੰ ਆਂਦੀ ਵੀ ਜਿਵੇਂ ਮੇਰੇ ਘਰ ਵਾਲਾ ਖੁਸ਼ ਹੋਊਗਾ ਨਾ ਉਵੇਂ ਹੀ ਠੀਕ ਹੈ, ਨਾ ਲੱਗੂ ਮੈਂ ਤਾਂ ਵੀ ਕੋਈ ਗੱਲ ਨਹੀਂ। ਬਿਲਕੁਲ, ਅਸੀਂ ਆਪ ਖੁਸ਼ ਚਾਹੀਦੇ ਹਾਂ। ਬਿਲਕੁਲ, ਤੇ ਮੇਰੇ ਘਰੇ ਆਪਦੀ ਗੱਲ ਇਹ ਹੋਈ ਵੀ ਹੈ। ਹਾਂਜੀ ਹਾਂਜੀ, ਇਹ ਇਹਦੀ ਆਂਦੀ ਕੋਈ ਗੱਲ ਨਹੀਂ, ਜੇ ਮੇਰੇ ਘਰ ਵਾਲਾ ਮੈਨੂੰ ਖੁਸ਼ ਹੋ ਕੇ ਲਾਊਗਾ ਮੈਂ ਲੱਗੂਗੀ, ਜੇ ਮੈਨੂੰ ਆਖੂਗਾ ਵੀ ਨਹੀਂ ਲੱਗਣਾ ਮੈਂ ਨਹੀਂ ਲੱਗਦੀ, ਇਹ ਚੀਜ਼ਾਂ ਮੁੱਕ ਗਈਆਂ। ਹਾਂ ਮੁੱਕ ਗਈਆਂ। ਭੈਣੇ ਮੈਂ ਤੁਹਾਨੂੰ ਲਾਸਟ ਤੇ ਉਹਨਾਂ ਕੁੜੀਆਂ ਉਹਨਾਂ ਭੈਣਾਂ ਵਾਸਤੇ ਸੁਨੇਹਾ ਜਿਹੜੀਆਂ ਜਿਨ੍ਹਾਂ ਨੇ ਸਿਰਫ ਬਾਹਰ ਨੂੰ ਮੁੱਖ ਰੱਖਿਆ ਵਾ, ਜਿਹੜੇ ਕੰਮ ਕਰਕੇ ਖੁਸ਼ ਨਹੀਂ, ਤੁਸੀਂ ਇੱਕ ਉਹਨਾਂ ਵਾਸਤੇ ਇੱਕ ਐਗਜ਼ਾਮਪਲ ਆ ਅੱਜ ਦੇ ਟਾਈਮ ਦੇ ਵਿੱਚ, ਜਿਨ੍ਹਾਂ ਇੰਨੀ ਵਧੀਆ ਪੜ੍ਹਾਈ ਕਰਨ ਦੇ ਬਾਵਜੂਦ ਅੱਜ ਘਰ ਦਾ ਕੰਮ ਕਰਕੇ ਆਪਣਾ ਚੰਗਾ ਇੱਕ ਬਿਜ਼ਨਸ ਸੈਟਲਡ ਕੀਤਾ ਵਾ, ਉਹਨਾਂ ਵਾਸਤੇ ਕੋਈ ਸੁਨੇਹਾ? ਮੈਂ ਤਾਂ ਇਹੀ ਕਹਿੰਦੀ ਹਾਂ ਵੀ ਆਪਾਂ ਨੂੰ ਬਾਹਰ ਕੰਮ ਕਰਨ ਨਾਲੋਂ ਜੇ ਆਪਾਂ ਘਰੇ ਕੰਮ ਕਰਦੇ ਆ ਬਿਲਕੁਲ ਠੀਕ ਹੈ, ਨਾਲੇ ਤਾਂ ਜਿਹੜੀਆਂ ਮੈਰਿਡ ਨੇ ਆਪਦੇ ਬੱਚਿਆਂ ਦੀ ਕੇਅਰ ਕਰਦੀਆਂ ਨੇ। ਬਿਲਕੁਲ ਬਿਲਕੁਲ ਠੀਕ ਹੈ, ਤੇ ਦੂਸਰੀ ਗੱਲ ਇਹ ਆ ਤੇ ਨਾਲੇ ਇਨਕਮ ਦਾ ਸਾਧਨ ਘਰੇ। ਬਿਲਕੁਲ, ਜਦੋਂ ਆਪਾਂ ਬਾਹਰ ਜਾਂਦੇ ਆ ਬੱਚੇ ਵਿਗੜਦੇ ਆ, ਮਾਂ ਪਿਓ ਨੂੰ ਨਾ ਤਾਂ ਮਾਂ ਪਿਓ ਨੂੰ ਟਾਈਮ ਮਿਲਦਾ ਬੱਚਿਆਂ ਵਾਸਤੇ ਨਾ ਬੱਚਿਆਂ ਕੋਲ ਟਾਈਮ ਹੁੰਦਾ, ਅੱਜ ਕੱਲ੍ਹ ਸਟੱਡੀ ਉਸ ਤਰ੍ਹਾਂ ਸਾਹਿਬ ਦੀ ਹੈ। ਬਿਲਕੁਲ ਬਿਲਕੁਲ, ਤਾਂ ਕਰਕੇ ਮੈਂ ਇਹੀ ਕਹਿੰਦੀ ਹਾਂ ਵੀ ਹਰੇਕ ਨੂੰ ਘਰੇ ਜ਼ਿਆਦਾਤਰ ਆਪਦਾ ਘਰੇ ਕੰਮ ਸ਼ੁਰੂ ਕਰਨਾ ਚਾਹੀਦਾ, ਹੱਥੀਂ ਕੰਮ ਕਰਨਾ ਚਾਹੀਦਾ ਹੈ, ਨਾ ਕਲੇਸ਼ ਹੋਊਗਾ ਨਾ ਲੜਾਈ ਹੋਊਗੀ, ਬੰਦਾ ਆਪਣੇ ਕੰਮ ਵੱਲ ਧਿਆਨ ਹੋਊਗਾ, ਘਰ ਵੀ ਅੱਗੇ ਵਧੂਗਾ। ਜਦੋਂ ਜਦੋਂ ਆਪਣੀ ਪਹਿਲਾਂ ਵੀ ਗੱਲ ਹੋਈ ਵੀ ਜੇ ਘਰ ਇੱਕ ਮੁੱਠੀ ਹੋਊਗਾ ਤਾਂ ਹੀ ਜਿਹੜਾ ਘਰ ਆ ਅੱਗੇ ਉੱਤੇ ਅੱਗੇ ਵੱਧ ਸਕਦਾ। ਤੇ ਬਹੁਤ ਵਧੀਆ ਲੱਗਿਆ ਮਾਤਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਭੈਣੇ ਧੰਨਵਾਦ ਟਾਈਮ ਦੇਣ ਵਾਸਤੇ। ਤੇ ਮੈਂ ਹਰ ਵਾਰ ਕਹਿੰਦਾ ਹੁੰਦਾ ਵੀ ਇਦਾਂ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਸੁਣਿਆ ਕਰੋ ਤੁਸੀਂ। ਆਪਾਂ ਇੱਕ ਚੀਜ਼ ਦੇਖਦੇ ਹਾਂ ਕਿ ਜਿਵੇਂ ਅੱਗੇ ਗੱਲ ਹੋਈ ਆ ਵੀ ਅੱਜ ਕੱਲ ਦਾ ਜਿਹੜਾ ਨੌਜਵਾਨ ਪੀੜ੍ਹੀ ਹੱਥੀਂ ਕੰਮ ਕਰਕੇ ਖੁਸ਼ ਨਹੀਂ, ਤੇ ਅੱਜ ਆਪਾਂ ਇੱਦਾਂ ਦੀ ਫੈਮਿਲੀ ਇੱਦਾਂ ਦਾ ਪਰਿਵਾਰ ਵੇਖਿਆ ਜਿਹਨੇ ਰਲ ਕੇ ਹੱਥੀਂ ਕੰਮ ਕੀਤਾ ਹੈ, ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਗਏ ਆ। ਇਹਨਾਂ ਦੇ ਜੇ ਆਪਾਂ ਸ਼ੌਂਕ ਦੀ ਗੱਲ ਕਰੀਏ, ਨਾਲ ਸ਼ੌਂਕ ਵੀ ਆ ਤੇ ਨਾਲ ਕਮਾਈ ਵੀ ਆ। ਮੈਂ ਇੱਕ ਚੀਜ਼ ਹਰ ਵਾਰ ਅਖੀਰ ਤੇ ਕਹਿੰਦਾ ਹੁੰਦਾ, ਬਹਾਨੇ ਬੰਦਾ ਉਹ ਲਾਉਂਦਾ ਜਿਹੜਾ ਕੰਮ ਨਹੀਂ ਕਰਦਾ, ਤੇ ਜਿਹਨੇ ਕੰਮ ਕਰਨਾ ਬਈ ਉਹ ਬਹਾਨੇ ਨਹੀਂ ਲਾਉਂਦਾ। ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿਵੇਂ ਲੱਗੇਗਾ। ਸਤਿ ਸ਼੍ਰੀ ਅਕਾਲ ਜੀ।